ਮਾਤ ਪਿਤਾ ਬਾਰਕ ਤੇਰੇ ਰੀ ਕਿਰਪਾ ਮੈਂ ਸੁਖ ਕੋਈ ਨ ਜਾਣੈ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਗਤ ਮਿਤ ਤੁਮਹੀ ਜਾਨੀ ਨਾਨਕ ਤੁਦ ਆਗੈ ਅਰਦਾਸ ਹਮਾਰੀ ਜੀਉ ਪਿੰਡ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਵਾਹਿਗੁਰੂ 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 ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹੀ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀਓ
ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀਆਂ ਕੇ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਂਪੁਰਖਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਦੇ ਮਹਾਂਵਾਕਾਂ ਨੂੰ ਸਾਹ ਇੱਕ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੇ ਮਹਾਂਪੁਰਖਾਂ ਦੇ ਸਥਾਨ ਤੇ ਰੱਖ ਹੋਏ ਸਨ। ਆਪ ਜੀਆਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਗੁਰਬਾਣੀ ਪਾਠ ਤੋਂ ਵੱਧ ਵੱਧ ਸੰਪੂਰਨ ਹੋ ਪਾਏ ਗਏ। ਪਾਠੀ ਸਿੰਘਾਂ ਨੂੰ ਪਾਠ ਕਰਦੇ ਹਨ, ਪੰਜਾਬੀ ਸਿੰਘਾਂ ਨੂੰ ਪਾਠ ਕਰਦੇ ਹਨ, ਸੇਵਾਦਾਰਾਂ ਨੂੰ ਸੇਵਾ ਕਰਦਿਆਂ ਨੂੰ ਦੁਨੀਆਂ ਪਿਆਰ ਦੁਨੀਆਂ ਦੀ ਕਰਦੇ ਦੀਵਾ ਅੱਗੇ ਤੋਂ ਸਮਾਜ ਨੂੰ ਸ੍ਰੀ ਜੀ ਦੀ ਪਰਿਵਾਰ ਸੱਚੇ ਪਾਤਸ਼ਾਹ ਦੇਸ਼ ਮਾਰਗ ਤੇ ਦੁਨੀਆਂ ਦੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਮਾਇਆ ਕਰਕੇ ਸੇਵਾ ਕੀਤੀ ਸਰਬੱਤ ਸੰਗਤਾਂ ਦੀਆਂ ਸੇਵਾਵਾਂ ਆਪਣੇ ਦਰਬੇ ਪਰਿਵਾਰ ਕਰਨੀਆਂ ਨੇ। ਦੁਨੀਆਂ ਦੀ ਸੰਗਤਾਂ ਨੇ ਆਪ ਦੇ ਪਾਵਨ ਪਰਿਵਾਰ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਜੀ। ਆਪ ਜੀਆਂ ਨੂੰ ਸੁੰਦਰ ਰਮਾਲਾ ਸਾਹਿਬ ਭੇਟ ਕੀਤਾ ਹੈ, ਆਪ ਅੰਗੀਕਾਰ ਕਰੋ। ਸੇਵਕਾਂ ਦੇ ਪਰਦੇ ਲੋਕ ਪਰਲੋਕ ਦੇ ਅੰਦਰ ਕਜਣੇ, ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰੂ ਕੀ ਕਰੋ ਕਿਰਪਾ ਕਰੇ ਪਾਤਸ਼ਾਹ ਸੋਚ ਕਰਾ ਹੁਣ ਲਾਭ ਭੋਗ ਮਨ ਰਾਏ ਲੱਗਿਆ ਹੋਇਆ ਭੋਗ ਸਮੂਹ ਦੀ ਸੰਗਤ ਅੰਦਰ ਵਰਦੇ ਜੋ ਜੀ ਸਕੇ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ। ਪਾਵਨ ਸ੍ਰੀ ਮੁਖਵਾਕ ਦੇ ਚਰਨ ਦੀ ਆਗਿਆ ਬਖਸ਼ੋ ਸੇ ਪਿਆਰੇ ਮੇਰ ਜਿਨ੍ਹਾਂ ਮਿਲਿਆ ਤਰਨ ਆਪ ਕਰਤਾਵੇ ਤੇ ਦੋਹਰਾ ਆਗਿਆ ਭਈ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ ਗੁਰੂ ਗ੍ਰੰਥ ਜੀ ਮਾਨੀ ਹੈ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲੇ ਉਹ ਚਾਹੇ ਚੜੇ ਸੋ ਤਰੇ ਜੋ ਸ਼ਰਧਾ ਕਰ ਸੇਵਦੇ ਜੋ ਸ਼ਰਧਾ ਕਰ ਸੇਵਦੇ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਣਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤਹ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ
ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਨੇ ਆਪਣੀ ਦਇਆ ਕਰਕੇ ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ, ਦੇਸ਼ ਔਰ ਵਿਦੇਸ਼ਾਂ ਦੀਆਂ ਸੰਗਤਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਇਹ ਉਪਰਾਲਾ ਬਖਸ਼ਿਸ਼ ਕੀਤਾ ਹੈ, ਜੋ ਦਮਦਮੀ ਟਕਸਾਲ ਵੱਲੋਂ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪਣੇ ਹੀ ਨਗਰ ਵਿਖੇ ਐਲਾਨ ਕੀਤਾ ਸੀ। ਜਦੋਂ ਆਪਾਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਸੀ ਕਿ ਮਹਾਂਪੁਰਖਾਂ ਦਾ ਜਨਮ ਦਿਹਾੜਾ 2 ਜੂਨ ਨੂੰ ਮਨਾਇਆ ਜਾਵੇਗਾ। ਪਹਿਲਾਂ ਵੀ ਸੰਗਤਾਂ ਵੱਖ ਵੱਖ ਸਮੇਂ ਵਿੱਚ, ਵੱਖ ਵੱਖ ਤਰੀਕਾਂ, ਮਹੀਨਿਆਂ ਵਿੱਚ, ਵੱਖ ਵੱਖ ਥਾਵਾਂ 'ਤੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਂਦੀਆਂ ਰਹੀਆਂ ਹਨ। ਉਹਨਾਂ ਸਭਨਾਂ ਦਾ ਹੀ ਬਹੁਤ ਧੰਨਵਾਦ ਹੈ ਭਾਈ, ਜਿਨ੍ਹਾਂ ਜਿਨ੍ਹਾਂ ਨੇ ਵੀ ਮਨਾਇਆ। ਪਰ ਜੋ ਮਹਾਂਪੁਰਖਾਂ ਦੇ ਸਕੂਲ ਵਿੱਚ ਪੜ੍ਹਨ ਸਮੇਂ ਦੀ ਜਨਮ ਤਰੀਕ ਹੈ, ਉਹ 2 ਜੂਨ 1947 ਹੈ। ਸੋ ਇਸ ਕਰਕੇ ਦਮਦਮੀ ਟਕਸਾਲ ਨੇ ਇਹ ਫੈਸਲਾ ਲਿਆ ਕਿ ਆਪਾਂ ਸਹੀ ਤਰੀਕ ਨੂੰ ਉਸੇ ਹੀ ਦਿਨ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਇਆ ਕਰੀਏ, ਕਿਉਂਕਿ ਇਲਾਕੇ ਨੂੰ, ਸੰਗਤਾਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੇ ਗੁਰਸਿੱਖਾਂ ਨੂੰ ਮਹਾਂਪੁਰਖਾਂ ਦੇ ਜਨਮ ਦਿਨ ਦੀ ਸਹੀ ਤਰੀਕ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ ਦਮਦਮੀ ਟਕਸਾਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਨਾਲ ਹੀ ਮੈਂ ਬੇਨਤੀ ਕਰਾਂ ਕਿ ਆਵਾਜ਼ੇ ਕੌਮ TV ਵੱਲੋਂ, ਸੋ ਉਹਨਾਂ ਦਾ ਵੀ ਬਹੁਤ ਵੱਡਾ ਉਪਰਾਲਾ ਕਿ ਸਾਰੇ ਸਮਾਗਮ ਨੂੰ ਵਿਦੇਸ਼ਾਂ ਤੱਕ ਦੁਨੀਆਂ ਦੇ ਵਿੱਚ ਲਾਈਵ ਦਿਖਾਇਆ ਗਿਆ, ਤਾਂ ਕਿ ਸੰਗਤਾਂ ਦੂਰ ਦਰੇਡੇ ਬੈਠੀਆਂ ਵੀ ਦਰਸ਼ਨ ਦਿਦਾਰੇ ਕਰ ਸਕਣ। ਸਤਿਸੰਗ ਜੀ, ਅੱਜ ਦਾ ਜੋ ਸਮਾਗਮ ਹੈ, ਸਤਿਗੁਰੂ ਦੀ ਕਿਰਪਾ ਦਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚੋਂ ਰਾਗੀ ਜੱਥੇ ਪਹੁੰਚੇ ਹੋਏ ਹਨ, ਭਾਈ ਕਾਰਜ ਸਿੰਘ ਹੁਣੀ, ਜੋ ਕਿ ਦਮਦਮੀ ਟਕਸਾਲ ਦੇ ਹੀ ਵਿਦਿਆਰਥੀ ਹਨ, ਜਿਨ੍ਹਾਂ ਉੱਪਰ ਸਤਿਗੁਰੂ ਦੀ ਬਹੁਤ ਮਹਾਨ ਕਿਰਪਾ ਹੈ, ਰਸ ਭਿੰਨਾ ਕੀਰਤਨ ਕਰਦੇ ਹਨ। ਇਸੇ ਕਰਕੇ ਹੀ ਧੰਨ ਗੁਰੂ ਰਾਮਦਾਸ ਮਾਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ ਹੈ, ਉਸ ਸਥਾਨ 'ਤੇ ਸੱਜ ਕੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਦੇ ਰਹਿੰਦੇ ਹਨ। ਸੰਗਤਾਂ ਨੇ ਬਹੁਤ ਵਾਰੀ ਲਾਈਵ ਦੇਖਿਆ ਹੋਵੇਗਾ, ਅੱਜ ਉਹ ਇੱਥੇ ਕੀਰਤਨ ਦੀ ਸੇਵਾ ਨਿਭਾਉਣਗੇ। ਸੋ ਆਪਣਾ ਬਹੁਤਾ ਲੰਮਾ ਪ੍ਰੋਗਰਾਮ ਨਹੀਂ ਹੈ, ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਠੀਕ 10:30 ਆਪਾਂ ਸਮਾਪਤੀ ਕਰ ਦੇਣੀ ਹੈ, 11:15 ਜਾਂ 11 ਵਜੇ ਲੰਗਰ ਵਰਤ ਜਾਵੇਗਾ।
ਉਦੋਂ ਤੱਕ ਸਾਰੀਆਂ ਸੰਗਤਾਂ ਟਿਕਾ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਜਾਂ ਜੋ ਵਿਚਾਰਾਂ ਹੁਣ ਉਹਨਾਂ ਨੂੰ ਧਿਆਨ ਨਾਲ ਪ੍ਰੇਮ ਨਾਲ ਸ਼ਰਧਾ ਨਾਲ ਸਰਵਣ ਕਰੀਏ। ਹੁਣ 15 ਕੁ ਮਿੰਟ ਵਾਸਤੇ ਜੋ ਇੱਥੋਂ ਦਾ ਸਥਾਨਕ ਰਾਗੀ ਜੱਥਾ ਹੈ ਉਹਨਾਂ ਸਿੰਘਾਂ ਨੂੰ ਬੇਨਤੀ ਹੈ ਰਾਗੀ ਜੱਥੇ ਨੂੰ ਸੋ ਸੰਗਤਾਂ ਦੀ ਬੇਨਤੀ ਹੈ ਕਿ ਜੋ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹੈ ਉਹਨਾਂ ਨੂੰ ਹੀ ਬੇਨਤੀ ਕੀਤੀ ਜਾਵੇ, ਉਹ ਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਰਾਗੀ ਭਾਈ ਕਾਰਜ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ। ਸਰਬੱਤ ਸੰਗਤਾਂ ਜੋ ਲੰਗਰ ਵਿੱਚ ਜਾਂ ਇੱਧਰ ਉੱਧਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਆ ਕੇ ਗੁਰੂ ਦਰਬਾਰ ਵਿੱਚ ਸੱਜ ਕੇ ਕੀਰਤਨ ਦਾ ਆਨੰਦ ਮਾਣੋ, ਸਤਿਗੁਰੂ ਜੀ ਰਹਿਮਤ ਕਰਨਗੇ। ਜਿਹੜੀਆਂ ਸੰਗਤਾਂ ਸੇਵਾ ਵਿੱਚ ਨੇ, ਲੰਗਰ ਬਣਾਉਂਦੇ ਨੇ, ਪਕਾਉਂਦੇ ਨੇ, ਉਹਨਾਂ ਨੂੰ ਛੱਡ ਕੇ ਭਾਈ ਜਿਹੜੀਆਂ ਸੰਗਤਾਂ ਸੋ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਸਕਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਦਰਬਾਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਕਿਉਂਕਿ ਇਹ ਮਨਾਏ ਹੋਏ ਸਮਾਗਮ ਤਦ ਹੀ ਸਫਲੇ ਹੁੰਦੇ। ਅਸੀਂ ਗੁਰਬਾਣੀ ਸੁਣਾਂਗੇ, ਕੀਰਤਨ ਸੁਣਾਂਗੇ, ਆਪਣੇ ਮਨ ਨੂੰ ਸ਼ਾਂਤੀ ਮਿਲੇਗੀ। ਸੋ ਇਸ ਵਾਸਤੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਓ, ਕੀਰਤਨ ਨਾਲ ਜੁੜੀਏ, ਸਤਿਗੁਰੂ ਪਾਤਸ਼ਾਹ ਦੀ ਆਪਣੇ ਸਭਨਾਂ ਦੇ ਉੱਪਰ ਹੀ ਰਹਿਮਤ ਹੋਵੇਗੀ। ਸੋ ਨਗਰ ਨਿਵਾਸੀ ਸੰਗਤਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਸਾਰੀ ਸੇਵਾ ਨਿਭਾਉਂਦੀਆਂ ਹਨ। ਸੋ ਨਗਰ ਨਿਵਾਸੀ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਓ ਕੀਰਤਨ ਨਾਲ ਜੁੜੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣੀਏ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਦ ਦਦ ਵੇਸ ਸੇ ਤਿਨ ਧਨ ਜਮੇ ਦਿਮਾਏ ਸਫਲ ਸੇ। ਕਰਤ
ਜਗਨ ਸਾਗਰ ਜਾਗਰ ਬੋੜ ਸੰਸਾਰ ਹਰ ਮਾਤਾ ਸਤਿ ਸ੍ਰੀ ਅਕਾਲ।
ਕਬਨ ਵਡਾਈ
ਸਕੂੰ
हर जन कहा बलिदान।
ਸੱਚੀ ਪਾਤਸ਼ਾਹੀ ਸੱਚੇ ਸੇ ਸੱਚਾ ਅਮਰ ਸੱਚੀ ਪਾਤਸ਼ਾਹ ਸੱਚੇ ਸੇ ਤੀਰਾ ਸੱਚੇ ਸੱਚਾ ਸੁਖ ਸੱਚੀ ਵਡਿਆ ਸੱਚਾ ਸੁਖ ਸੱਚੀ ਵਡਿਆ ਜਿਸ ਕੇ ਸੇ ਜਿਸ ਕੇ ਸੇ ਤਿਨ ਜਾਤੇ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਹਾਂ
ਚੱਲ ਜਾ ਬਲ ਜਾ ਹਰ ਜਨ
ਹਰ ਕੀ ਵਡਿਆਈ ਦੇਖੋ ਸੰਤੋ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਕੀ ਵਡਿਆਈ ਦੇਖੋ ਸੰਤੋ, ਹਰਨ ਮਾਣਿਆ ਮਾਣ ਦਿਵਾਏ, ਹਰਨ ਮਾਣਿਆ ਮਾਣ ਦਿਵਾਏ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਕੀ ਵਡਿਆਈ ਦੇਖੋ ਸੰਤੋ। ਹਰ ਹਰ ਨਾਮ ਧਾਰ ਸੋਈ,
ਚਰਨ ਤਲੇ ਉਪਰ ਆਵੇ ਕਿਉਂ ਨਾਨਕ ਸਾਧ ਜਣਾ
ਸੰਤੋ
ਸਤ ਪਰਮੇਸ਼ਵਰ ਤਬ ਅੰਤਰ ਜਾਮੀ, ਸਤ ਪਰਮੇਸ਼ਵਰ ਤਬ ਅੰਤਰ ਜਾਮੀ। ਸਤ ਪਰਮੇਸ਼ਵਰ ਤਬ ਅੰਤਰ ਜਾਮੀ, ਸਤ ਪਰਮੇਸ਼ਵਰ ਤਬ ਅੰਤਰ ਜਾਮੀ। ਹਰ ਘਟ ਕਟੇ ਕਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਘਟ ਕਟੇ ਕਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਘਟ ਕਟੇ ਕਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਘਟ ਕਟੇ ਕਟ ਬਸਤਾ, ਹਰ ਜਲ ਥਲੇ ਹਰ ਬਸਤਾ। ਹਰ ਘਟ ਕਟੇ ਘਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਥਾਨ ਤਨੰਤਰ ਬਸਤਾ, ਹਰ ਥਾਨ ਤਨੰਤਰ ਬਸਤਾ, ਮੈਂ ਹਰ ਦੇਖਣ ਕੋ ਜਾਉਂ, ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਕੋਈ ਆਵੇ ਸੰਤੋ, ਹਰ ਕਾ ਜਨ।
ਸੁਖ ਲਾਵੇ ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ
ਕਿਰਪਾ ਜਨ ਨਾਨਕ ਕਿਰਪਾ ਹਰ ਕੀ
ਸੇਵਾ ਦਰ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਖੇਮਾਂ ਦੇ ਜਾਜ ਸਮਾਪਤੀ ਹੈ ਜੀ। ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ, 52ਵੇਂ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਵਨ ਸਥਾਨ ਗੁਰਦੁਆਰਾ ਸੰਤ ਖਾਲਸਾ ਵਿਖੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੇ ਸਮਾਗਮਾਂ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਕਾਰਜ ਸਿੰਘ ਆਪ ਸੰਗਤਾਂ ਨੂੰ ਰੱਬੀ ਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ। ਰਾਗੀ ਜਥੇ ਦਾ ਦਮਦਮੀ ਟਕਸਾਲ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ, ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਮਹਾਂਪੁਰਖਾਂ ਦਾ ਜੀਵਨ ਕੈਸਾ ਹੁੰਦਾ ਹੈ, ਵਿਦਵਾਨ ਮਹਾਂਪੁਰਸ਼ਾਂ ਦੇ ਬੋਲ ਨੇ, ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਉਹ ਵਿਦਵਾਨ ਲਿਖਦੇ ਨੇ, ਹਰੇਕ ਹਾਥੀ ਦੇ ਮਸਤਕ ਦੇ ਵਿੱਚੋਂ ਮੋਤੀ ਦੀ ਪ੍ਰਾਪਤੀ ਨਹੀਂ, ਦੁਨੀਆਂ ਦੇ ਅੰਦਰ ਬੜੇ ਜੰਗਲ ਹੋਣਗੇ, ਪਰ ਉਹ ਕੋਈ ਵਿਰਲਾ ਜੰਗਲ ਹੈ, ਜਿਸ ਜੰਗਲ ਦੇ ਅੰਦਰ ਚੰਦਨ ਦਾ ਰੁੱਖ ਹੋਵੇ। ਇਸੇ ਤਰ੍ਹਾਂ ਨਗਰ ਬੜੇ ਨੇ, ਉਹ ਨਗਰ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ, ਜਿੱਥੇ ਮਹਾਂਪੁਰਖ ਆਣ ਕੇ ਜੀਵਾਂ ਨੂੰ ਭਗਤੀ ਦੇ ਨਾਲ ਜੋੜਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਹਨ, ਐਸੇ ਮਹਾਂਪੁਰਖਾਂ ਦਾ ਸੰਸਾਰ 'ਤੇ ਆਉਣਾ ਧੰਤਾ ਦੇ ਯੋਗ ਹੈ। ਧੰਨ 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 ਜਿਹੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੇ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਤਿੰਨ ਧੰਨ ਜਨੇ ਦੀ ਮਾਓ ਆਏ ਸਫਲ ਸੇ, ਐਸੇ ਮਹਾਂਪੁਰਖਾਂ ਦੇ ਮਾਂ ਬਾਪ ਵੀ ਧੰਤਾ ਦੇ ਯੋਗ ਹੋ ਜਾਂਦੇ ਨੇ।
ਸੋ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਰਬੱਤ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸਭਨਾਂ ਨੇ ਮਿਲ ਕੇ ਜੋ ਦਮਦਮੀ ਟਕਸਾਲ ਵੱਲੋਂ ਮਹਾਨ ਉਪਰਾਲਾ ਕੀਤਾ ਗਿਆ 20ਵੀਂ ਸਦੀ ਦੇ ਮਹਾਨ ਯੋਧੇ ਸਿੱਖ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਸਥਾਨ ਨਗਰ ਰੋਡੇ ਵਿਖੇ ਜਨਮ ਦਿਨ ਮਨਾਉਣ ਵਾਸਤੇ ਉਪਰਾਲਾ ਕੀਤਾ ਹੈ। ਸਰਬੱਤ ਸੰਗਤਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਸ ਸਮਾਗਮ ਦੇ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਸੇਵਾਵਾਂ ਨਿਭਾਈਆਂ ਹਨ। ਸੋ ਉਹਨਾਂ ਦੇ ਜੀਵਨ ਪ੍ਰਤੀ ਕੁਝ ਬੇਨਤੀਆਂ ਕੁਝ ਸੀਮਿਤ ਸਮੇਂ ਵਿੱਚ ਆਪ ਜੀ ਨਾਲ ਕਰਨੀਆਂ ਹਨ। ਆਓ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਆਪ ਜੀ ਨੂੰ ਭਲੀ ਭਾਂਤ ਇਸ ਗੱਲ ਦੀ ਜਾਣਕਾਰੀ ਹੈ ਕਿ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਸ ਨਗਰ ਦੇ ਵਸਨੀਕ ਹਨ ਔਰ ਇਹ ਜੋ ਗੁਰਦੁਆਰਾ ਸੰਤ ਖਾਲਸਾ ਦਮਦਮੀ ਟਕਸਾਲ ਵੱਲੋਂ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਉੱਦਮ ਨਾਲ ਸਥਾਪਿਤ ਹੋਇਆ ਹੈ। ਇਹ ਉਹਨਾਂ ਦਾ ਜਨਮ ਸਥਾਨ ਹੈ। ਕਈ ਵਾਰ ਆਪਾਂ ਸੁਭਾਵਕ ਥਾਂ ਲੱਭ ਕੇ ਜਨਮ ਸਥਾਨ ਉਸਾਰਦੇ ਹਾਂ, ਅੰਦਾਜ਼ੇ ਨਾਲ ਤੱਕ ਨਾਲ ਬਣਾ ਲੈਂਦੇ ਹਾਂ, ਪਰ ਕਿਉਂਕਿ ਮਹਾਂਪੁਰਖਾਂ ਦਾ ਸਾਰਾ ਪਰਿਵਾਰ, ਉਹਨਾਂ ਦੇ ਸਾਰੇ ਭਰਾ ਔਰ ਆਂਢੀ ਗੁਆਂਢੀ ਜਿਨ੍ਹਾਂ ਦੀ ਇਹ
ਜਗ੍ਹਾ ਸੀ ਨਾਲ ਨਾਲ ਲੱਗਦੀ, ਉਹ ਵੀ ਸਭਨਾਂ ਨੂੰ ਜੋ ਪਤਾ ਸੀ ਜਿਸ ਗੱਲ ਦਾ ਕਿ ਆਹ ਸਥਾਨ ਹੈ ਜਿੱਥੇ ਮਹਾਂਪੁਰਖਾਂ ਦਾ ਜਨਮ ਹੋਇਆ। ਸੋ ਇਸ ਕਰਕੇ ਕਿ ਉਸੇ ਸਥਾਨ 'ਤੇ ਗੁਰਦੁਆਰਾ ਸੰਤ ਖਾਲਸਾ, ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਸੋ ਮੈਂ ਬੇਨਤੀ ਕਰਾਂ ਕਿ ਇਸ ਤੋਂ ਜਦੋਂ ਇਹ ਗੁਰਦੁਆਰਾ ਸਥਾਪਿਤ ਨਹੀਂ ਸੀ ਹੋਇਆ, ਆਪਾਂ ਉਦਘਾਟਨ ਨਹੀਂ ਸੀ ਕੀਤਾ, ਵੱਖ ਵੱਖ ਗੁਰਸਿੱਖਾਂ ਵੱਲੋਂ, ਜਥੇਬੰਦੀਆਂ ਵੱਲੋਂ ਮਹਾਂਪੁਰਖਾਂ ਦਾ ਜਨਮ ਦਿਨ ਵੱਖ ਵੱਖ ਸਮੇਂ ਦੇ ਵਿੱਚ ਅੰਦਾਜ਼ੇ ਨਾਲ ਮਨਾਇਆ ਜਾਂਦਾ ਰਿਹਾ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਉਪਰਾਲੇ ਕੀਤੇ, ਉਹਨਾਂ ਗੁਰਸਿੱਖਾਂ ਦਾ, ਜਥੇਬੰਦੀਆਂ ਦਾ ਧੰਨਵਾਦ ਹੈ ਕਿ ਮਹਾਂਪੁਰਖਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਆਪੋ ਆਪਣੇ ਢੰਗ ਦੇ ਨਾਲ ਉਪਰਾਲੇ ਕੀਤੇ ਸਨ। ਪਰ ਕਿਉਂਕਿ ਹੁਣ ਉਹਨਾਂ ਦੀ ਜੋ ਜਨਮ ਤਰੀਕ ਹੈ, ਜੋ ਮਹਾਂਪੁਰਖ ਇਸ ਨਗਰ ਵਿੱਚ ਸਕੂਲ ਵਿੱਚ ਪੜ੍ਹਦੇ ਸਨ, ਜੋ ਉਹਨਾਂ ਦੀ ਸਕੂਲ ਵਿੱਚ ਦਾਖਲ ਹੋਣ ਦੀ ਔਰ ਉਹਨਾਂ ਦੀ ਪੜ੍ਹਾਈ ਦੇ ਸਰਟੀਫਿਕੇਟ ਦੀ ਜਨਮ ਮਿਤੀ ਹੈ, ਉਹ 2 ਜੂਨ 1947 ਹੈ। ਸੋ ਉਹਦੇ ਮੁਤਾਬਕ ਇਹ ਟਕਸਾਲ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਸਹੀ ਦਿਨ 'ਤੇ ਜੋ ਮਹਾਂਪੁਰਖਾਂ ਦਾ ਸਾਡੇ ਕੋਲ ਜਿਸ ਗੱਲ ਦਾ ਪਰੂਫ ਹੈ, ਯਥਾਰਥ ਗੱਲ ਹੈ, ਉਹਦੇ ਮੁਤਾਬਕ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾਇਆ ਜਾਵੇ। ਕਿਉਂਕਿ ਇਹੀ ਬਾਅਦ ਵਿੱਚ ਤਵਾਰੀਖਾਂ ਬਣ ਜਾਂਦੀਆਂ ਨੇ, ਇਤਿਹਾਸ ਬਣ ਜਾਂਦਾ ਹੈ। ਇਸ ਵਾਸਤੇ ਇਹ ਉਪਰਾਲਾ ਐਲਕੀ ਆਪਾਂ ਪਹਿਲੇ ਸਾਲ ਆਰੰਭ ਕੀਤਾ ਹੈ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਇਸ ਕਰਕੇ ਵੀ ਬਹੁਤ ਵੱਡਾ ਹੰਗਾਰਾ ਮਿਲਿਆ, ਕਿਉਂਕਿ ਆਵਾਜ਼ੇ ਕੌਮ ਟੀਵੀ ਦੇ ਉੱਪਰ ਇਸ ਨੂੰ ਸੰਸਾਰ ਭਰ ਦੇ ਵਿੱਚ ਲਾਈਵ ਕੀਤਾ ਗਿਆ। ਇਹ ਪ੍ਰੋਗਰਾਮ ਸਾਰਾ ਸੰਗਤਾਂ ਨੇ ਸੁਣਿਆ, ਹੁਣ ਵੀ ਸੁਣ ਰਹੀਆਂ ਹਨ। ਸੋ ਸਤਿਸੰਗ ਜੀ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਜੀਵਨ ਬਾਰੇ ਆਪਾਂ 1-2 ਮਿੰਟਾਂ ਵਿੱਚ ਕੀ ਬੇਨਤੀ ਕਰ ਸਕਦੇ ਹਾਂ? ਤੁਸੀਂ ਉਹਨਾਂ ਕੁ ਤਾਂ ਸਭ ਕੁਝ ਜਾਣਦੇ ਹੀ ਹੋ, ਪਰ ਫਿਰ ਵੀ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਕਿ ਇਸ ਸਥਾਨ 'ਤੇ ਸਤਿਕਾਰਯੋਗ ਸਵਰਗਵਾਸੀ ਬਾਬਾ ਜੋਗਿੰਦਰ ਸਿੰਘ ਜੀ, ਉਹਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਨਿਹਾਲ ਕੌਰ ਦੀ ਕੁੱਖੋਂ ਮਹਾਂਪੁਰਖਾਂ ਨੇ ਇਸ ਸਥਾਨ 'ਤੇ 2 ਜੂਨ 1947 ਨੂੰ ਜਨਮ ਲਿਆ ਔਰ ਇੱਥੇ ਬਹੁਤ ਸੰਘਣੀ ਵਸੋਂ ਸੀ। ਇੰਨੇ ਕੁ ਥਾਂ ਦੇ ਵਿੱਚ, ਜਿੰਨੇ ਥਾਂ 'ਚ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ, ਇੰਨੇ ਸਥਾਨ ਦੇ ਵਿੱਚ ਹੀ ਲਗਭਗ 8-9 ਘਰ ਸਨ, ਨਾਲ ਦੀ ਛੋਟੀ ਜਿਹੀ ਗਲੀ ਸੀ ਜਿਹਦੇ ਵਿੱਚ ਦੀ ਗੱਡਾ ਹੀ ਮਸਾਂ ਲੰਘਦਾ ਸੀ, ਅਤੇ ਪਿਛਲੇ ਪਾਸੇ ਜਿੱਧਰ ਲੰਗਰ ਹੈ ਇਸ ਪਾਸੇ ਬਾਬਾ ਬਹਾਦਰ ਸਿੰਘ ਹੋਣਾ ਦੇ ਘਰ ਸਨ। ਸੋ ਇਹ ਕਹਿਣ ਤੋਂ ਭਾਵ ਕਿ ਇਹਨਾਂ ਗਲੀਆਂ ਦੇ ਵਿੱਚ, ਇਸ ਸਥਾਨ ਦੇ ਵਿੱਚ ਮਹਾਂਪੁਰਖ ਉਹਨਾਂ ਦਾ ਜੀਵਨ, ਉਹਨਾਂ ਦਾ ਬਚਪਨ ਬੀਤਿਆ।
ਨਾਲ ਜਿਹੜੇ ਪਾਸੇ ਗੁਰਦੁਆਰਾ ਸਾਹਿਬ ਦਾ ਬਾਹਰਲਾ ਗੇਟ ਹੈ, ਇੱਥੇ ਪਸ਼ੂਆਂ ਵਾਲੀ ਹਵੇਲੀ ਹੁੰਦੀ ਸੀ, ਜਿੱਥੇ ਮਹਾਂਪੁਰਖਾਂ ਦੇ ਭਾਈ ਹਰਜੀਤ ਸਿੰਘ ਔਰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉੱਥੇ ਹੀ ਰਾਤ ਨੂੰ ਰਿਹਾ ਕਰਦੇ ਸਨ ਔਰ ਦੇਰ ਤੱਕ ਸਿਮਰਨ ਕਰਨਾ, ਬਾਣੀ ਪੜ੍ਹਨੀ, ਕਿਉਂਕਿ ਇਹ ਮੈਂ ਸਮਝਦਾ ਪਿਛਲੇ ਜਨਮਾਂ ਦਾ ਵੀ ਬਹੁਤ ਵੱਡੀ ਤਪੱਸਿਆ ਦਾ ਫਲ ਸੀ, ਬਚਪਨ ਦੇ ਵਿੱਚ ਹੀ ਇਸ ਪਾਸੇ ਲੱਗ ਜਾਣਾ। ਸੋ ਮਹਾਂਪੁਰਖ ਆਪ ਦੱਸਦੇ ਸਨ ਕਿ ਇਹ ਇਸ ਪਾਸੇ ਨੂੰ ਸੁਭਾਅ ਕਿਵੇਂ ਬਣਿਆ। ਜਦੋਂ ਸਕੂਲ ਵਿੱਚ ਛੁੱਟੀਆਂ ਹੋਇਆ ਕਰਦੀਆਂ ਸਨ ਅਤੇ ਆਮ ਬੱਚਿਆਂ ਨੇ ਪਸ਼ੂ ਚਾਰਨ ਚਲੇ ਜਾਣਾ, ਖੇਡਣਾ, ਗੱਲਾਂ ਬਾਤਾਂ ਕਰਨੀਆਂ, ਤਾਂ ਬਾਬਾ ਜੀ ਨੇ ਇੱਕ ਦਿਨ ਕਹਿ ਦਿੱਤਾ ਕਿ ਤੁਸੀਂ ਭਾਈ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ। ਅਤੇ ਬਾਬਾ ਜੀ ਕੋਲੋਂ ਹੀ ਜਪਜੀ ਸਾਹਿਬ ਜੀ ਦੀ ਸੰਥਿਆ ਲਈ, ਪਾਠ ਕਰਨ ਲੱਗ ਗਏ। ਫਿਰ ਖੇਡਦੇ ਵੇਖਣਾ, ਬਾਬਾ ਜੀ ਕਹਿੰਦੇ ਭਾਈ ਦੋ ਕਰ ਲਿਆ ਕਰੋ, ਫਿਰ ਵਧਾ ਤੇ ਤਿੰਨ ਕਰ ਲਿਆ ਕਰੋ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਦਾ ਇਹ ਸੁਭਾਅ ਹੀ ਬਣ ਗਿਆ ਕਿ ਖੇਡਣ ਵਾਲੇ ਪਾਸੇ ਉਹਨਾਂ ਦਾ ਧਿਆਨ ਹਟਦਾ ਗਿਆ ਔਰ ਬਾਣੀ ਪੜ੍ਹਨ ਵਾਲੇ ਪਾਸੇ ਉਹਨਾਂ ਦਾ ਧਿਆਨ ਜੁੜਦਾ ਗਿਆ। ਔਰ ਇਹ ਲਿਵੈਸੀ ਲੱਗੀ ਕਿਉਂਕਿ ਪੂਰਵਲੇ ਕਰਮਾਂ ਦੀ ਖੇਡ ਵਰਤਣੀ ਸੀ, ਕੋਈ ਨਹੀਂ ਜਾਣਦਾ ਸੀ। ਕੱਲ੍ਹ ਹੀ ਮੈਂ ਪੱਖੋਪੁਰ ਗਿਆ, ਉੱਥੇ ਨੇੜੇ ਇੱਕ ਪ੍ਰੋਗਰਾਮ ਸੀ, ਕਿਉਂਕਿ ਆ ਜਿਹੜਾ 6 ਜੂਨ ਦਾ ਘੱਲੂਘਾਰਾ ਹਫ਼ਤਾ ਚੱਲਦਾ ਹੈ, ਇਹਦੀਆਂ ਤਿਆਰੀਆਂ ਵਾਸਤੇ ਬਹੁਤ ਸਾਰੀਆਂ ਥਾਵਾਂ 'ਤੇ ਗੁਰਸਿੱਖਾਂ ਨੇ ਮੀਟਿੰਗਾਂ, ਪ੍ਰਬੰਧ, ਗੱਡੀਆਂ ਦੇ ਪ੍ਰਬੰਧ, ਜਾਣ ਦਾ ਪ੍ਰਬੰਧ ਕਰ ਰਹੇ ਨੇ। ਸੋ ਉੱਥੇ ਨੇੜੇ ਹੀ ਭਾਈ ਮੇਜਰ ਸਿੰਘ ਜੀ ਪੱਖੋਪੁਰ ਵਾਲੇ, ਜੋ ਉਹ ਵੀ ਬਚਪਨ ਦੇ ਵਿੱਚ ਇੱਥੇ ਹੀ ਰਹੇ ਨੇ, ਉਹਨਾਂ ਦਾ ਇਹ ਨਾਨਕਾ ਘਰ ਸੀ। ਸੋ ਬੀਬੀ ਜਸਪਾਲ ਕੌਰ ਜੋ ਸੰਤਾਂ ਦੀ ਭੂਆ ਸੀ, ਸੋ ਉਹ ਇਸ ਨਗਰ ਦੇ ਸਨ। ਉਹ ਕੱਲ੍ਹ ਬੈਠਿਆਂ ਬੈਠਿਆਂ ਗੱਲ ਕਰਨ ਲੱਗ ਗਏ, ਕਹਿੰਦੇ ਮੇਰੀ ਹੁਣ ਕਈ ਵਾਰ ਪਿਛਲੀਆਂ ਯਾਦਾਂ ਕਰਕੇ ਮੈਨੂੰ ਕੰਬਣੀ ਸਿੜ ਜਾਂਦੀ ਹੈ। ਮੈਂ ਪੁੱਛਿਆ ਮਾਸਟਰ ਜੀ ਕੀ ਗੱਲ ਹੋਈ, ਕਹਿੰਦੇ ਕਈ ਵਾਰ ਮੱਝਾਂ ਛੱਪੜ ਵਿੱਚ ਨਿਭਾਉਣ ਜਾਣਾ ਅਤੇ ਉਹ ਆਪ ਵੀ ਛੱਪੜ ਵਿੱਚ ਵੜ ਜਾਂਦੇ ਸਨ, ਸੰਤ ਜਰਨੈਲ ਸਿੰਘ ਹੋਣੀ, ਅਤੇ ਅਸੀਂ ਉਹਨਾਂ ਨੂੰ ਡਾਂਟ ਦੇਣਾ ਕਿ ਤੂੰ ਪਾਣੀ 'ਚ ਡੁੱਬ ਜਾਏਗਾ, ਤੂੰ ਹਲੇ ਛੋਟਾ ਹੈ। ਪਰ ਕਹਿੰਦੇ ਉਹ ਜਿਹੜੀਆਂ ਉਦੋਂ ਦੀਆਂ ਉਹਨਾਂ ਨਾਲ ਕੋਈ ਡਾਂਟ ਕਰਨੀ ਜਾਂ ਉਹਨੂੰ ਝਿੜਕ ਦੇਣਾ, ਕਹਿੰਦੇ ਅੱਜ ਮਨ ਵਿੱਚ ਬਹੁਤ ਮਹਿਸੂਸ ਹੁੰਦਾ ਹੈ ਕਿ ਐਡੀ ਵੱਡੀ ਹਸਤੀ ਨੂੰ ਅਸੀਂ ਸਮਝ ਨਹੀਂ ਸਕੇ। ਪ੍ਰਸਾਦ ਸਿੰਘ ਤੋਂ ਉਦੋਂ ਤਾਂ ਸੁਭਾਵਿਕ ਗੱਲ ਸੀ, ਇੱਕ ਇਕੱਲਾ ਭਾਈ ਮੇਜਰ ਸਿੰਘ ਨਹੀਂ, ਆਪਾਂ ਸਾਰੇ ਨਗਰ ਨਿਵਾਸੀਆਂ ਨੂੰ ਇਸ ਬਾਰੇ ਕੋਈ ਗਿਆਤ ਨਹੀਂ ਸੀ ਕਿ ਇਹ ਐਡੀ ਵੱਡੀ ਹਸਤੀ ਪਰਮਾਤਮਾ ਨੇ ਆਪ ਕਿਰਪਾ ਕਰਕੇ ਸੰਸਾਰ ਵਿੱਚ ਭੇਜੀ ਹੋਈ ਹੈ। ਰਹੋ ਵਿਚਾਰ, ਸਾਧ ਸਿੰਘ ਜੀ 5ਵੀਂ ਜਮਾਤ ਵਿੱਚ ਜਦੋਂ ਪੇਪਰ ਦਿੱਤੇ ਅਤੇ ਉਦੋਂ ਬਾਅਦ ਇਹ ਸਕੂਲ ਆਪਣਾ ਇੱਥੋਂ ਤੱਕ ਹੀ ਸੀਗਾ ਨਗਰ ਰੋਡੇ ਦਾ, ਉਸ ਤੋਂ ਬਾਅਦ ਜੀ ਟੀ ਬੀ ਗੜ੍ਹ ਜਿਹੜਾ ਕਾਲਜ ਆ ਉਹਦੇ ਨਾਲ ਸਕੂਲ ਹੈ, ਉਸ ਸਕੂਲ ਵਿੱਚ ਦਾਖਲਾ ਲਿਆ।
ਦਾਖਲਾ ਲੈ ਲਿਆ, ਪਰ ਜਿਹੜੀਆਂ ਵਿੱਚ ਛੁੱਟੀਆਂ ਸਨ ਉਹਦੇ ਵਿੱਚ ਘਰੇ ਪਾਠ ਕਰਨਾ, ਗੁਰਦੁਆਰੇ ਜਾਣਾ, ਸੇਵਾ ਕਰਨੀ, ਮਨ ਇਸ ਪਾਸੇ ਜੁੱਟ ਗਿਆ। ਅਤੇ ਇੱਕ ਦਿਨ ਸੁਭਾਵਿਕ ਬਾਬਾ ਜੀ ਨੂੰ ਕਿਹਾ ਕਿ ਪਿਤਾ ਜੀ, ਮੇਰਾ ਮਨ ਕਰਦਾ ਹੈ ਕਿ ਮੈਂ ਬਾਣੀ ਪੜ੍ਹਾਂ, ਸਿਮਰਨ ਕਰਾਂ, ਅਤੇ ਜਿੰਨੀਆਂ ਕੁ ਸਕੂਲ ਦੀਆਂ ਜਮਾਤਾਂ ਹੋਰ ਵੀ ਪੜ੍ਹ ਲਵਾਂਗੇ, ਮੇਰਾ ਇਸ ਪਾਸੇ ਜੀ ਨਹੀਂ ਕਰਦਾ। ਉਹਨਾਂ ਕਿਹਾ ਸੋਚ ਲਓ, ਪਰ ਜੇ ਤੇਰਾ ਸਿਮਰਨ ਕਰਨ ਨੂੰ ਦਿਲ ਕਰਦਾ ਤਾਂ ਬਹੁਤੀ ਚੰਗੀ ਗੱਲ ਹੈ, ਕਿਉਂਕਿ ਬਾਬਾ ਜੀ ਆਪ ਇਸ ਸੁਭਾਅ ਦੇ ਮਾਲਕ ਸਨ। ਪਰ ਹੋਰ ਭਰਾਵਾਂ ਨੇ, ਕੈਪਟਨ ਸਾਹਿਬ ਨੇ, ਮਾਸਟਰ ਜੀ ਨੇ ਕਿਹਾ ਕਿ ਨਹੀਂ, ਇਹ ਇੰਨਾ ਹੁਸ਼ਿਆਰ ਹੈ ਪੜ੍ਹਨ ਵਿੱਚ, ਇਹਨੂੰ ਪੜ੍ਹਾਉਣਾ ਹੀ ਪੜ੍ਹਾਉਣਾ। ਇੱਥੋਂ ਤੱਕ ਕਿ ਜਿਹੜੇ ਮਾਸਟਰ ਸਨ, ਮਾਸਟਰ ਮੇਘ ਸਿੰਘ ਜੀ, ਮਾਸਟਰ ਮਾਘ ਸਿੰਘ ਜੀ, ਲਾਲ ਸਿੰਘ ਜੀ, ਇਹ ਆਪ ਬਾਬਾ ਜੀ ਕੋਲ ਗਏ। ਕਹਿੰਦੇ ਬਾਬਾ ਜੀ, ਇਹ ਬੱਚਾ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ, ਤੁਸੀਂ ਇਹਨੂੰ ਪੜ੍ਹਨ ਤੋਂ ਨਾ ਹਟਾਓ। ਬਾਬਾ ਜੀ ਕਹਿੰਦੇ, ਭਾਈ ਮੈਂ ਨਹੀਂ ਹਟਾਇਆ, ਪਰ ਜਿਹੜੀ ਇਹ ਗੱਲ ਕਹਿ ਰਿਹਾ ਉਹਦੇ ਬਰਾਬਰ ਕੋਈ ਜਵਾਬ ਨਹੀਂ ਹੈ, ਕਿਉਂਕਿ ਇਹ ਕਹਿ ਰਿਹਾ ਕਿ ਮੈਂ ਸਿਮਰਨ ਭਜਨ ਕਰਨਾ ਹੈ, ਮੈਂ ਬਾਣੀ ਪੜ੍ਹਨੀ ਹੈ, ਗੁਰਬਾਣੀ ਸਿੱਖਣੀ ਆ, ਅਤੇ ਜਦੋਂ ਮੈਂ ਇਸ ਪਾਸੇ ਲੱਗਣਾ, ਫਿਰ ਮੈਂ ਹੋਰ 5-10 ਸਾਲ ਇਹਨਾਂ ਸਕੂਲਾਂ ਵਿੱਚ ਕਿਉਂ ਲਾਵਾਂ, ਇਸ ਕਰਕੇ ਮੈਂ ਇਸ ਪਾਸੇ ਹੀ ਲੱਗਣਾ ਚਾਹੁੰਦਾ, ਹੁਣ ਤੋਂ ਹੀ ਲੱਗਣਾ ਚਾਹੁੰਦਾ। ਇਸ ਗੱਲ ਦਾ ਉਹਨਾਂ ਮਾਸਟਰਾਂ ਕੋਲ ਵੀ ਕੋਈ ਜਵਾਬ ਨਹੀਂ ਸੀ। ਫਿਰ ਉਹਨਾਂ ਮਹਾਂਪੁਰਖਾਂ ਨੇ ਇਸ ਪਾਸੇ ਕਮਰ ਕਸਾ ਕੀਤਾ, ਅਤੇ ਸਾਧ ਸੰਗਤ ਉਹਨਾਂ ਹੀ ਦਿਨਾਂ ਵਿੱਚ, ਜਦੋਂ ਹਲੇ ਮਹਾਂਪੁਰਖਾਂ ਦੀ ਉਮਰ 13-14 ਸਾਲ ਦੀ ਸੀ, ਕਈਆਂ ਵਿਦਵਾਨਾਂ ਨੇ 5 ਸਾਲ ਤੋਂ ਲਿਖਤਾ, ਕਈਆਂ ਨੇ 4 ਸਾਲ ਤੋਂ ਲਿਖ ਦਿੱਤਾ। ਨਹੀਂ ਭਾਈ, ਉਦੋਂ 7 ਸਾਲ ਦਾ ਜਿਹੜਾ ਬੱਚਾ ਉਹ ਸਕੂਲ ਦਾਖਲ ਕਰਾਇਆ ਜਾਂਦਾ ਸੀ, ਅਤੇ 5 ਜਮਾਤਾਂ ਉਹਨਾਂ ਨੇ ਕੀਤੀਆਂ, 12 ਸਾਲ ਤਾਂ ਇਹੀ ਹੋ ਗਏ। ਪਰ ਉਦੋਂ ਤਾਂ 13-14 ਸਾਲ ਦੀ ਗੱਲ ਸੀ ਜਦੋਂ ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ, ਜਿਸ ਸਾਲ ਦੀ ਇਹ ਆਮ ਪ੍ਰਚਲਿਤ ਘਟਨਾ ਨਾ, ਉਹ ਤਾਂ ਹਰ ਸਾਲ ਹੀ ਆਉਂਦੇ ਸਨ, ਔਰ ਭਾਦੋਂ ਦਾ ਪੂਰਾ ਮਹੀਨਾ ਇਸ ਨਗਰ ਵਿੱਚ ਰਹਿ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਕਰਦੇ ਸਨ। ਪਰ ਜਦੋਂ ਜਿਸ ਗੱਲ ਦਾ ਵਿਸ਼ੇਸ਼ ਤੌਰ 'ਤੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਉਦੋਂ ਮਹਾਂਪੁਰਖਾਂ ਦੀ ਉਮਰ ਇੰਨੀ ਕੁ ਸੀ, ਅਤੇ ਜਦੋਂ ਘਰ ਵਿੱਚ, ਘਰਾਂ ਵਿੱਚ ਜਥੇ ਦਾ, ਪੂਰੇ ਜਥੇ ਦਾ ਪ੍ਰਸ਼ਾਦਾ ਹੋਇਆ ਕਰਦਾ, ਕਿਸੇ ਦੇ ਸ਼ਾਮ ਨੂੰ, ਕਿਸੇ ਦਾ ਸੁਬਾਹ ਨੂੰ, ਸੋ ਮਹਾਂਪੁਰਖ ਆਪ ਸ਼ਬਦ ਕੀਰਤਨ ਕਰਦੇ, ਸਾਰੇ ਜਥੇ ਦੇ ਅੱਗੇ ਲੱਗ ਕੇ ਆਪ ਮਹਾਂਪੁਰਖ ਬਾਣੀ ਪੜ੍ਹਦੇ, ਸ਼ਬਦ ਪੜ੍ਹਦੇ ਘਰ ਵਿੱਚ ਜਾਇਆ ਕਰਦੇ ਸਨ। ਘਰ ਵਿੱਚ ਰੌਣਕਾਂ ਲੱਗਦੀਆਂ, ਪੰਗਤ ਲੱਗਦੀ, ਉੱਥੇ ਫਿਰ ਸ਼ਬਦ ਪੜ੍ਹੇ ਜਾਂਦੇ, ਐਨ ਇੱਕ ਸੱਚਖੰਡ ਦਾ ਨਜ਼ਾਰਾ ਇਸ ਧਰਤੀ 'ਤੇ ਉੱਤਰ ਆਉਂਦਾ ਸੀ। ਜਿਹੜੇ ਘਰ ਵਿੱਚ ਜਾਂਦੇ, ਹੋਰ ਵੀ ਆਂਢੀ ਗੁਆਂਢੀ ਮਹਾਂਪੁਰਖਾਂ ਦੇ ਦਰਸ਼ਨ ਕਰਨ, ਕਿ ਕਿਵੇਂ ਜਥੇ ਦੇ ਸਿੰਘ ਲੰਗਰ ਵਰਤਾਉਂਦੇ ਆ, ਕਿਵੇਂ ਬੈਠਦੇ ਆ, ਕਿਵੇਂ ਅਰਦਾਸਾਂ ਕਰਦੇ ਆ, ਕਿੰਨੀ ਬਾਣੀ ਪੜ੍ਹਦੇ ਆ, ਇਹ ਬੜਾ ਪ੍ਰਭਾਵ ਪੈਂਦਾ ਸੀ ਘਰਾਂ ਵਿੱਚ। ਸਾਧ ਸੰਗਤ ਜਿਸ ਦਿਨ ਘਰ ਵਿੱਚ ਪ੍ਰਸ਼ਾਦਾ ਸੀ, ਅਤੇ ਉਸ ਦਿਨ ਮਹਾਂਪੁਰਖ ਆਪ ਨਾਲ ਗਏ ਹੋਏ ਸਨ, ਸਾਰੇ ਸਿੰਘ ਪ੍ਰਸ਼ਾਦਾ ਛੱਕ ਕੇ ਆਪਣੇ ਕੋਠਿਆਂ ਤੋਂ ਵਾਪਸ ਸਿੰਘ ਪੈਦਲ ਹੀ ਤੁਰੇ ਆਉਣ, ਕਿਉਂਕਿ ਬਾਣੀ ਪੜ੍ਹਦੇ ਆਉਣ, ਕਿਸ ਨੇ ਰਹਿਰਾਸ ਦਾ ਪਾਠ ਕਰਨਾ, ਕਿਸ ਨੇ ਹੋਰ ਨਿਤਨੇਮ ਕਰਨਾ, ਬਾਣੀਆਂ ਪੜ੍ਹਦੇ ਆਉਂਦੇ ਸਨ।
ਮਹਾਂਪੁਰਖ ਰੁਕ ਗਏ ਸਨ ਅਤੇ ਮਹਾਂਪੁਰਖਾਂ ਨੇ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਨੂੰ ਪੁੱਛਿਆ, ਜਥੇਦਾਰ ਜੀ ਇੱਕ ਭਚੰਗੀ ਅਸੀਂ ਜਥੇ ਵਿੱਚ ਲੈ ਕੇ ਜਾਣਾ। ਅਤੇ ਬਾਬਾ ਜੀ ਨੇ ਸਾਰੇ ਭਚੰਗੀਆਂ ਨੂੰ ਸੱਦ ਕੇ ਮਹਾਂਪੁਰਖਾਂ ਦੇ ਪਾਸ ਖੜ੍ਹੇ ਕੀਤਾ ਕਿ ਮਹਾਂਪੁਰਖੋ, ਇਹ ਸੱਤ ਭਚੰਗੀ ਹਨ, ਇੱਕ ਭਚੰਗਣ ਹੈ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਆਪ ਜਿਸ ਨੂੰ ਚਾਹੋ ਨਾਲ ਲਿਜਾ ਸਕਦੇ ਹਾਂ। ਅਤੇ ਮਹਾਂਪੁਰਖ, ਕਿਉਂਕਿ ਉਹ ਬ੍ਰਹਮ ਗਿਆਨੀ ਮਹਾਂਪੁਰਖ, ਉਹਨਾਂ ਨੂੰ ਕੇਵਲ ਹੁਣ ਦਾ ਚਿਹਰਾ ਨਹੀਂ ਦਿਸਦਾ ਕਿ ਇਹਨਾਂ ਦੀ ਸ਼ਕਲ ਸੂਰਤ ਕਿਹੋ ਜਿਹੀ ਹੈ, ਨਹੀਂ, ਉਹਨਾਂ ਨੂੰ ਤਾਂ ਆਉਣ ਵਾਲਾ ਭਵਿੱਖ ਦਿਸਦਾ ਸੀ। ਇਸ ਕਰਕੇ ਆਪ ਚੋਣ ਕਰਕੇ, ਜਿਵੇਂ ਇੱਕ ਜੌਹਰੀ ਹੀਰੇ ਨੂੰ ਪਰਖ ਲੈਂਦਾ ਨਾ, ਉਸ ਦਿਨ ਹੀ ਪਰਖ ਲਿਆ ਸੀ ਮਹਾਂਪੁਰਖਾਂ ਨੇ। ਕਹਿੰਦੇ ਜਥੇਦਾਰ ਜੀ ਆਪ ਚੰਗੀ ਸਾਨੂੰ ਦਿਓ, ਇਹ ਜੱਥੇ ਵਿੱਚ ਰਹਿ ਕੇ ਸੇਵਾ ਕਰੇਗਾ। ਕਿਹਾ ਠੀਕ ਹੈ ਜੀ, ਅਸੀਂ ਇਹਨੂੰ ਆਪ ਜੀ ਦੇ ਪਾਸ ਭੇਜ ਦੇਵਾਂਗੇ। ਇਸ ਤਰ੍ਹਾਂ ਸਾਧ ਸਿੰਘ ਜੀ, ਫਿਰ ਇੱਕ ਹੋਰ ਬਹੁਤ ਵੱਡਾ ਸੁਮੇਲ ਹੋਇਆ। ਜਿਵੇਂ ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਉਵੇਂ ਉਵੇਂ ਕਈ ਗੱਲਾਂ ਦਾ ਸੁਮੇਲ ਹੋ ਜਾਂਦਾ। ਫਿਰ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇੱਕ ਵਿਦਿਆਰਥੀ ਦੇ ਤੌਰ 'ਤੇ ਜੱਥੇ ਵਿੱਚ ਭਰਤੀ ਹੋਣ ਵਾਸਤੇ ਗਏ, ਜੱਥੇ ਵਿੱਚ ਸ਼ਾਮਿਲ ਹੋਣ ਵਾਸਤੇ ਗਏ, ਉਹ ਸਥਾਨ ਸੀ ਗੁਰਦੁਆਰਾ ਨਾਭਾ ਸਾਹਿਬ। ਜੀਰਕਪੁਰ ਤੋਂ 4 ਕਿਲੋਮੀਟਰ ਹੈ, 2 ਕਿਲੋਮੀਟਰ ਉੱਥੋਂ ਗੁਰਦੁਆਰਾ ਲੋਹਗੜ੍ਹ ਸਾਹਿਬ ਹੈ। ਉਹ ਸਥਾਨ ਉਹ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਪ੍ਰਵੇਸ਼ ਕੀਤਾ ਨਾ, ਅਤੇ ਉਹ ਪਹਿਲੀ ਥਾਂ ਉਹ ਪੁੱਛਦੇ ਆ ਰਹੇ ਸਨ ਕਿ ਕਿੱਥੇ ਕਿੱਥੇ ਇਤਿਹਾਸਕ ਜਗਾਵਾਂ ਨੇ, ਕਿੱਥੇ ਬੈਠ ਕੇ ਸਿੱਖਾਂ ਨੂੰ ਸੁਨੇਹੇ ਭੇਜੇ ਜਾ ਸਕਦੇ ਹੈ, ਮੇਲ ਮਿਲਾਪ ਕੀਤਾ ਜਾ ਸਕਦਾ ਹੈ। ਅਤੇ ਕਿਹਾ ਕਿ ਆਹ ਉਹ ਸਥਾਨ ਹੈ ਜਿੱਥੇ ਭਾਈ ਜੇਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਦੋਂ ਦਿੱਲੀਓਂ ਵਾਪਸ ਪਰਤ ਰਹੇ ਸਨ, ਤਾਂ ਇਸ ਸਥਾਨ 'ਤੇ ਉਹਨਾਂ ਨੇ ਇੱਕ ਰਾਤ ਕੱਟੀ, ਵਿਸ਼ਰਾਮ ਕੀਤਾ। ਇਹ ਉਸਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੈ। ਅਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੈਠ ਕੇ, ਸੋ ਪੰਜਾਬ ਦੇ ਜਿਨ੍ਹਾਂ ਸੂਰਬੀਰ ਬਹਾਦਰ ਸਿੱਖ ਜਰਨੈਲਾਂ ਯੋਧਿਆਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜੇ ਸਨ, ਉਹਨਾਂ ਨੂੰ ਉੱਥੇ ਇਕੱਤਰ ਕਰਨ ਦਾ ਯਤਨ ਕੀਤਾ ਅਤੇ ਉੱਥੋਂ ਯੁੱਧ ਨੀਤੀ ਬਣਾਈ, ਉੱਥੇ ਪੰਜਾਬ ਵਿੱਚ ਪ੍ਰਵੇਸ਼ ਹੋ ਕੇ ਕੀ ਕਰਨਾ ਹੈ, ਇਹ ਸਾਰਾ ਫੈਸਲਾ ਕੀਤਾ। ਉਹ ਤੋਂ ਬਾਅਦ ਸਾਧ ਸਿੰਘ ਜੀ ਸੰਧੌਰੇ 'ਤੇ, ਸਮਾਣੇ 'ਤੇ, ਬਨੂਰ 'ਤੇ, ਇਹਨਾਂ ਦੇ ਛੋਟੇ ਛੋਟੇ ਚੌਧਰੀਆਂ ਦੇ ਕਿਲੇ ਸਨ, ਇਹ ਫਤਿਹ ਕੀਤੇ ਪਹਿਲਾਂ ਬੰਦਾ ਸਿੰਘ ਨੇ। ਅਤੇ ਇਹ ਇੱਕ ਸੰਯੋਗ ਸੀ ਕਿ ਜਿੱਥੇ ਇੱਕ ਬਹੁਤ ਦੁਨੀਆ ਦਾ ਮੱਲਾਂ ਮਾਰਨ ਵਾਲਾ ਜਰਨੈਲ ਜਿਸ ਸਥਾਨ 'ਤੇ ਆ ਕੇ ਪੰਜਾਬ ਦੇ ਵਿੱਚ ਪ੍ਰਵੇਸ਼ ਹੋ ਕੇ ਇੱਕ ਯੁੱਧ ਰਣਨੀਤੀ ਨੂੰ ਅਪਣਾਉਣ ਵਾਸਤੇ, ਯੁੱਧ ਨੀਤੀ ਘੜਨ ਵਾਸਤੇ ਜਿਸ ਸਥਾਨ 'ਤੇ ਬੈਠਾ ਸੀ ਨਾ, ਉਸੇ ਸਥਾਨ 'ਤੇ ਸਿੱਖਾਂ ਦਾ ਇੱਕ ਦੂਸਰਾ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਸ ਸਥਾਨ 'ਤੇ ਹੀ ਜਾ ਕੇ ਦਮਦਮੀ ਟਕਸਾਲ ਦੇ ਵਿੱਚ ਸ਼ਾਮਿਲ ਹੋਏ, ਉੱਥੋਂ ਹੀ ਸੰਥਿਆ ਆਰੰਭ ਕੀਤੀ, ਉੱਥੋਂ ਹੀ ਮਹਾਂਪੁਰਖਾਂ ਦੀਆਂ ਬਖਸ਼ਿਆਂ ਹੋਈਆਂ। ਬਹੁਤ ਸਿੰਘ ਜੱਥੇ ਵਿੱਚ ਸ਼ਾਮਿਲ ਹੁੰਦੇ ਨੇ, ਵਿੱਦਿਆ ਪੜ੍ਹਦੇ ਨੇ, ਵਿਦਵਾਨ ਬਣ ਜਾਂਦੇ ਨੇ, ਵੱਖ ਵੱਖ ਤਖਤਾਂ ਦੇ ਜਥੇਦਾਰ ਸਾਹਿਬ ਬਣ ਜਾਂਦੇ ਨੇ, ਵੱਡੀਆਂ ਵੱਡੀਆਂ ਪੋਸਟਾਂ 'ਤੇ ਪਹੁੰਚ ਜਾਂਦੇ ਨੇ, ਸਾਰੇ ਸਤਿਕਾਰਯੋਗ ਨੇ। ਸਭ ਨਾਲ ਹੀ ਮਹਾਂਪੁਰਖਾਂ ਦਾ ਬੜਾ ਪ੍ਰੇਮ ਹੁੰਦਾ ਹੈ, ਕਿਉਂਕਿ ਇੱਕ ਪਰਿਵਾਰ ਵਾਂਗ
ਜਿਵੇਂ ਇੱਕ ਪਿਤਾ ਆਪਣੇ ਪੁੱਤਰਾਂ ਨੂੰ ਸਾਂਭਦਾ ਹੈ, ਉਹਦੇ ਤੋਂ ਵੀ ਕਿਤੇ ਵੱਧ ਲਗਾਉ ਪੈਦਾ ਹੋ ਜਾਂਦਾ। ਪਰ ਇਹ ਹੈਰਾਨੀ ਦੀ ਗੱਲ ਸੀ ਕਿ ਪਹਿਲੇ ਹੀ ਪੜਾਅ 'ਤੇ, ਹਾਲੇ ਉਹ ਪਹਿਲਾਂ ਹੀ ਪੜਾਅ ਸੀ, ਅਤੇ ਮਹਾਂਪੁਰਖ ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਜਿਨ੍ਹਾਂ ਦੇ ਗੜਬਈ ਦੇ ਰੂਪ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ 13ਵੇਂ ਜਥੇਦਾਰ ਦਮਦਮੀ ਟਕਸਾਲ ਦੇ, ਉਹ ਵੀ ਨਾਲ 5-6 ਸਿੰਘ ਹੋਰ ਨਾਲ, ਕਹਿੰਦੇ ਲੋਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਜਾਣਾ ਪੈਦਲ ਹੀ, 2-2.5 ਕਿਲੋਮੀਟਰ ਆ ਉੱਥੋਂ, ਪੈਦਲ ਤੁਰ ਪਏ ਅਤੇ ਸੰਤ ਜਰਨੈਲ ਸਿੰਘ ਜੀ ਵੀ ਨਾਲ ਚੱਲ ਪਏ। ਅਤੇ ਸੰਤਾਂ ਨੇ ਸੁਭਾਵਕ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ, ਚੰਗੀਆ ਸੰਥਿਆ ਸ਼ੁਰੂ ਹੋ ਗਈ? ਕਹਿੰਦੇ ਜੀ ਹੋ ਗਈ, ਮਹਾਂਪੁਰਖ ਨੇ ਆਪ ਹੀ ਕਰਾਈ ਸੀ। ਕਹਿੰਦੇ ਜੀ ਜਪਜੀ ਸਾਹਿਬ ਜੀ ਦੀ ਸੰਥਿਆ ਹੋ ਗਈ ਆ। ਕਹਿੰਦੇ ਚੰਗਾ ਸੁਣਾ ਜਪਜੀ ਸਾਹਿਬ। ਜਪਜੀ ਸਾਹਿਬ ਜੀ ਦਾ ਪਾਠ ਸੁਣਿਆ, ਕਹਿੰਦੇ ਇੱਕ ਪਾਠ ਹੋਰ ਸੁਣਾ ਅਤੇ ਥੋੜ੍ਹਾ ਜਲਦੀ ਸੁਣਾਈ। ਸਤਸੰਗ ਪਾਠ ਦੂਸਰਾ ਸੁਣਿਆ, ਫਿਰ ਤੀਸਰਾ ਪਾਠ ਸੁਣਿਆ। ਕਹਿੰਦੇ ਵੀ ਜਿੰਨਾ ਜਲਦੀ ਪਾਠ ਕਰ ਸਕਦਾ ਉਨੀ ਜਲਦੀ ਸੁਣਾਉਣਾ ਹੈ। ਕਹਿੰਦੇ ਸਤਿਵਚਨ, ਫਿਰ ਤੀਸਰਾ ਪਾਠ ਸੁਣਿਆ। ਜਦੋਂ ਲੋਹਗੜ੍ਹ ਤੋਂ ਵਾਪਸ ਪਰਤਣ ਲੱਗੇ, ਕਹਿੰਦੇ ਭਚੰਗੀਆ ਇੱਕ ਪਾਠ ਹੋਰ ਸੁਣਾ, ਪਰ ਬਹੁਤ ਸਹਿਜੇ ਸਹਿਜੇ ਸੁਣਾਈ, ਜਿੰਨਾ ਵੱਧ ਤੋਂ ਵੱਧ ਸਹਿਜੇ ਸੁਣਾ ਸਕਦਾ। ਅਤੇ ਫਿਰ ਬਹੁਤ ਸਲੋ ਸਪੀਡ ਦੇ ਨਾਲ, ਹੌਲੀ ਹੌਲੀ ਸਹਿਜੇ ਲੈਅ ਦੇ ਨਾਲ ਪਾਠ ਸੁਣਾਇਆ। ਇਹ ਚਾਰ ਪਾਠ ਪਹਿਲੇ ਹਫ਼ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਸੰਤਾਂ ਕੋਲੋਂ ਜਪਜੀ ਸਾਹਿਬ ਜੀ ਦੇ ਚਾਰ ਪਾਠ ਸੁਣੇ। ਮੈਂ ਸਮਝਦਾ ਕਿ ਜਿੰਨੇ ਕੁ ਬਜ਼ੁਰਗ ਅੱਜ ਵੀ ਬੈਠੇ ਨੇ ਟਕਸਾਲ ਦੇ ਵਿਦਿਆਰਥੀ, ਜਾਂ ਜਿਨ੍ਹਾਂ ਕੋਲ ਦਾਸ ਪੜ੍ਹਦਾ ਰਿਹਾ, ਜਿੰਨਾ ਵੀ ਪਤਾ ਲੱਗਾ, ਇਹ ਪਹਿਲੇ ਵਿਦਿਆਰਥੀ ਸਨ ਜਿਹੜੇ ਪਹਿਲੇ ਹੀ ਹਫ਼ਤੇ ਵਿੱਚ ਮਹਾਂਪੁਰਖਾਂ ਨੇ ਜਿਨ੍ਹਾਂ ਕੋਲੋਂ ਇਹ ਜਾਪ ਸੁਣਿਆ ਹੋਵੇ ਅਤੇ ਫਿਰ ਸ਼ਾਬਾਸ਼ ਦਿੱਤੀ ਹੋਵੇ, ਨਾਲ ਕਿਹਾ ਹੋਵੇ ਕਿ ਭਾਈ ਥੋੜ੍ਹਾ ਖਾਣਾ ਹੈ, ਥੋੜ੍ਹਾ ਸੌਣਾ ਹੈ, ਵੱਧ ਤੋਂ ਵੱਧ ਜੱਥੇ ਦੇ ਸਿੰਘਾਂ ਦੀ ਸੰਗਤ ਦੀ ਸੇਵਾ ਕਰਨੀ ਆ, ਧਿਆਨ ਨਾਲ ਸੰਥਿਆ ਪੜ੍ਹਨੀ ਆ, ਅਤੇ ਵੱਧ ਤੋਂ ਵੱਧ ਜਾਪ ਕਰਨਾ। ਪਹਿਲੇ ਦਿਨ ਦੇ ਹੀ ਇਹ ਕਹੇ ਹੋਏ ਬਚਨ ਮਹਾਂਪੁਰਖਾਂ ਨੇ ਐਸੇ ਹਿਰਦੇ ਵਿੱਚ ਗੰਢ ਦੇ ਕੇ ਰੱਖੇ ਕਿ ਇਸ ਨੂੰ ਤਾਂ ਜ਼ਿੰਦਗੀ ਉਹਨਾਂ ਨਿਭਾਇਆ। ਜਥੇ ਵਿੱਚ ਰਹਿੰਦਿਆਂ ਵੀ ਬੜਾ ਸਾਦਾ ਲਿਬਾਸ, ਕਈ ਵਾਰੀ ਵੇਖ ਕੇ ਹੈਰਾਨ ਹੋਣਾ ਕਿ ਉੱਚਾ ਜਿਹਾ ਚੋਲਾ ਪਾਇਆ ਹੋਣਾ, ਨਾ ਕੋਈ ਉਹਨਾਂ ਨੂੰ ਆਸਣ ਲਾਉਣ ਦੀ ਖਿੱਚ ਹੋਣੀ ਕਿ ਮੇਰਾ ਆਸਣ ਕਿੱਥੇ, ਸਭ ਦੇ ਆਸਣ ਲਵਾਉਣੇ, ਆਪਦਾ ਕੋਈ ਆਸਣ ਨਹੀਂ ਲਾਉਣਾ, ਸਭ ਨੂੰ ਲੰਗਰ ਛਕਾਉਣਾ ਅਤੇ ਆਪ ਸਭ ਤੋਂ ਬਾਅਦ 'ਚ ਸਾਰੇ ਸਿੰਘਾਂ ਨੂੰ ਜੱਥੇ ਦੇ ਰਵਾਨਾ ਹੋਣ ਵਾਸਤੇ ਦੂਸਰੇ ਪੜਾਅ 'ਤੇ ਜਦੋਂ ਜਾਣਾ, ਸਭ ਨੂੰ ਸੀਟਾਂ ਦੇਣੀਆਂ, ਤੂੰ ਇਸ ਸੀਟ 'ਤੇ ਬਹਿ ਜਾ, ਤੂੰ ਇੱਥੇ ਬੈਠ, ਆਪ ਕੋਈ ਸੀਟ ਨਾ ਲੈਣੀ। ਇੱਕ ਨਿਮਰਤਾ ਵਾਲਾ ਬਹੁਤ ਸੁਭਾਅ ਸੀ ਉਹਨਾਂ ਦਾ। ਅਤੇ ਸਾਧ ਸੰਗਤ, ਫਿਰ ਜਿੰਨੇ ਜੱਥੇ ਦੇ ਵਿੱਚ ਨਵੇਂ ਭਚੰਗੀ ਆਉਣੇ, ਉਹਨਾਂ ਨੂੰ ਪ੍ਰੇਰ ਕੇ ਇਸ ਪਾਸੇ ਜੋੜਨਾ ਕਿ ਜਪਜੀ ਸਾਹਿਬ ਜੀ ਦੇ ਪਾਠ ਕਰੋ, ਜਾਪ ਸਾਹਿਬ ਦੇ ਪਾਠ ਕਰੋ, ਬਾਣੀ ਪੜ੍ਹੋ, ਸੰਥਿਆ ਪੜ੍ਹੋ, ਅਤੇ ਆਪਾਂ ਲਾਹਾ ਲੈਣ ਆਏ ਹਾਂ। ਕਿਉਂਕਿ ਜਿਹੜੇ ਬਚਨ ਸੰਤ ਗਿਆਨੀ ਗੁਰਬਚਨ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰ ਕਥਾ 'ਚ ਕਿਹਾ ਕਰਦੇ ਸਨ ਨਾ ਕਿ ਸਿੰਘੋ ਇਹ ਜਵਾਨੀਆਂ ਵਾਰ ਵਾਰ ਨਹੀਂ ਮਿਲਣੀਆਂ, ਇਹ ਸਮੇਂ ਵਾਰ ਵਾਰ ਨਹੀਂ ਮਿਲਣੇ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਹ ਹਮੇਸ਼ਾ ਹੀ ਨਾਲ ਦੇ ਸਾਥੀ ਸਿੰਘਾਂ ਨੂੰ, ਭਜੰਗੀਆਂ ਨੂੰ, ਨੌਜਵਾਨਾਂ ਨੂੰ, ਜਿਹੜੇ ਨਵੇਂ ਸ਼ਾਮਿਲ ਹੁੰਦੇ ਸਨ,
ਉਹਨਾਂ ਨੂੰ ਇਹ ਪ੍ਰੇਰਣਾ ਦਿੰਦੇ ਹੀ ਰਹਿੰਦੇ ਸਨ ਕਿ ਭਾਈ ਆਪਾਂ ਇੱਥੇ ਸੌਣ ਨਹੀਂ ਆਏ, ਇੱਥੇ ਖਾਣ ਨਹੀਂ ਆਏ, ਪਹਿਨਣ ਨਹੀਂ ਆਏ, ਆਪਾਂ ਕਿਸੇ ਕਾਰਜ ਵਾਸਤੇ ਇਕੱਠੇ ਹੋਏ ਹਾਂ। ਕਲਗੀ ਧਰ ਮਹਾਰਾਜ ਦੀ ਇਹ ਕਿਰਪਾ ਹੋਈ ਆ, ਦਮਦਮੀ ਟਕਸਾਲ ਦੇ ਜੱਥੇ ਵਿੱਚ ਸ਼ਾਮਿਲ ਹੋਏ ਹਾਂ, ਇਹ ਕੋਈ ਛੋਟੀ ਗੱਲ ਨਹੀਂ। ਪਰ ਆਪਾਂ ਇਸ ਸਮੇਂ ਦਾ ਇੱਕ ਇੱਕ ਪਲ ਲੇਖੇ ਵਿੱਚ ਲਾਉਣਾ ਹੈ, ਇਹ ਪ੍ਰੇਰਣਾ ਦਿੰਦੇ ਰਹਿਣਾ। ਅੱਜ ਵੀ ਜਿਹੜੇ ਉਹਨਾਂ ਦੇ ਸੰਗੀ ਸਾਥੀ ਵਿਦਿਆਰਥੀ ਵੱਖ ਵੱਖ ਥਾਵਾਂ 'ਤੇ ਵਿਦਵਾਨ ਕਥਾ ਕਰਦੇ ਨੇ, ਉਹਨਾਂ ਨੂੰ ਕਿਤੇ ਮਿਲ ਕੇ ਗੱਲ ਕਰਕੇ ਦੇਖੋ, ਮਨ ਭਰ ਆਉਂਦਾ ਉਹਨਾਂ ਦਾ ਵੀ ਇਹੋ ਜਿਹੀ ਸਿੱਖਿਆ ਹਮੇਸ਼ਾ ਹੀ ਦਿੰਦੇ ਰਹਿੰਦੇ ਸਨ। ਅਤੇ ਸਾਧ ਸੰਗਤ ਸਮਾਂ ਆਇਆ, ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਸਮਾਂ ਆਇਆ ਮਹਾਂਪੁਰਖਾਂ ਦੀ ਸੇਵਾ ਵਿੱਚ ਰਹਿ ਕੇ ਵੱਡੀਆਂ ਸੇਵਾਵਾਂ ਕੀਤੀਆਂ। ਸਭ ਤੋਂ ਪਹਿਲਾਂ ਉਹਨਾਂ ਦੀ ਸੇਵਾ ਸੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੰਗਲਾਂ ਦੀ ਸਧਾਈ ਕਰਨੀ ਸੀ ਨਾ, ਉਹਨਾਂ ਵਿੱਚ ਪ੍ਰੇਮੀ ਜੀ, ਉਹਨਾਂ ਵਿੱਚ ਭਗਤ ਜੀ, ਉਹਨਾਂ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ, ਉਹਨਾਂ ਵਿੱਚ ਭਾਈ ਪਰਮਜੀਤ ਸਿੰਘ ਜੀ ਮਾਲਪੁਰ, ਉਹਨਾਂ ਵਿੱਚ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਿਦਿਆਰਥੀ ਰੂਪ ਵਿੱਚ ਉਹ ਜੱਥੇ ਦੇ ਵਿੱਚ ਸ਼ਾਮਿਲ ਸਨ। ਉੱਥੇ ਰਹਿ ਕੇ ਇਹ ਪਹਿਲੀ ਸੇਵਾ ਕੀਤੀ ਇਹਨਾਂ ਸਾਰੇ ਸਿੰਘਾਂ ਦੇ ਉੱਪਰ, ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ, ਇਹਨਾਂ ਦੇ ਉੱਪਰ ਵਿਸ਼ੇਸ਼ ਤੌਰ 'ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ, ਮਹਾਂਪੁਰਖਾਂ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ, ਬਹੁਤ ਜ਼ਿਆਦਾ ਖੁਸ਼ੀ ਦੀਆਂ ਬਖਸ਼ਿਸ਼ਾਂ ਕੀਤੀਆਂ, ਅਤੇ ਫਿਰ ਸਮੁੱਚੇ ਰੂਪ 'ਚ ਸਾਰੇ ਹੀ ਸਿੰਘਾਂ 'ਤੇ। ਉਹ ਤੋਂ ਬਾਅਦ ਜਿੱਥੇ ਜਿੱਥੇ ਵੀ ਸਭਾਵਾਂ ਲੱਗੀਆਂ, ਮਹਾਂਪੁਰਖਾਂ ਨੇ ਐਨ ਖੁਸ਼ੀ ਦੇ ਨਾਲ ਉਹ ਸਭਾਵਾਂ ਨਿਭਾਈਆਂ, ਅਤੇ ਫਿਰ ਇੰਨਾ ਸਿਮਰਨ, ਇੰਨੀ ਸੇਵਾ, ਇੰਨਾ ਲਗਾਓ, ਪ੍ਰੇਮ, ਸ਼ਰਧਾ, ਭਾਵਨਾ, ਇਹ ਗੱਲਾਂ ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਥਾ ਵਿੱਚ ਕਹਿ ਕੇ ਉਜਾਗਰ ਕਰਦੇ ਸਨ। ਜੇ ਕਿਸੇ ਸਿੰਘ ਦਾ ਜੀਵਨ ਸਾਰਥਕ ਦੱਸਣਾ, ਉਦਾਹਰਣ ਦੇਣੀ ਕਿ ਭਾਈ ਸਾਨੂੰ ਕਿਹੋ ਜਿਹੇ ਸਿੰਘ ਬਣਨਾ ਚਾਹੀਦਾ, ਤਾਂ ਉੱਥੇ ਉਦਾਹਰਣ ਦੇ ਦਿੰਦੇ ਸਨ ਕਿ ਭਾਈ ਜਰਨੈਲ ਸਿੰਘ ਵੱਲ ਵੇਖੋ, ਜੇ ਘਰੇ ਜਾਂਦੇ ਨੇ, ਹਲ ਵੀ ਵਾਹੁੰਦੇ ਨੇ, ਖੇਤੀ ਕਰਦੇ ਨੇ, ਕਰੜੀ ਮਸ਼ਕਤ ਕਰਦੇ ਨੇ, ਪਰ ਨਾਲ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਸਹਿਜ ਪਾਠ ਮਹੀਨੇ ਵਿੱਚ ਭੋਗ ਪਾਉਂਦੇ ਨੇ, 101 ਪਾਠ ਜਪਜੀ ਸਾਹਿਬ ਜੀ ਦਾ ਰੋਜ਼ਾਨਾ ਕਰਦੇ ਨੇ, ਮੀਂਹ ਜਾਵੇ, ਹਨੇਰੀ ਜਾਵੇ, ਘਰ ਦੇ ਦੁੱਖ ਸੁੱਖ ਹੋਣ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਪਰ ਇਹ ਇੱਕ ਇਹਨਾਂ ਨੇ ਜੀਵਨ ਬਣਾਇਆ ਹੋਇਆ, ਨਿਯਮ ਬਣਾਇਆ ਜੀਵਨ ਦਾ, ਅਤੇ ਸਾਰੇ ਸਿੰਘਾਂ ਨੂੰ ਚਾਹੀਦਾ ਇਹੋ ਜਿਹਾ ਜੀਵਨ ਬਣਾਓ, ਇਹੋ ਜਿਹੀ ਸਿੱਖਿਆ ਦਿਆ ਕਰਦੇ ਸਨ। ਫਿਰ ਸਾਧ ਸੰਗਤ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਅਚਾਨਕ ਇੱਕ ਐਕਸੀਡੈਂਟ ਦਾ ਬਹਾਨਾ ਬਣ ਗਿਆ, ਸੱਚਖੰਡ ਚਲੇ ਗਏ। ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ, ਜਿਨ੍ਹਾਂ ਨੂੰ ਮਹਾਂਪੁਰਖਾਂ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਕਿ ਸਿੰਘੋ ਕੋਈ ਐਸਾ ਸਮਾਂ ਬਣੇ ਤਾਂ ਬਾਬਾ ਠਾਕੁਰ ਸਿੰਘ ਜੀ ਜੋ ਕਹਿਣ ਇਹਨਾਂ ਦੇ ਕਹਿਣੇ ਵਿੱਚ ਰਹਿਣਾ, ਇਹਨਾਂ ਦਾ ਹੁਕਮ ਮੰਨਣਾ ਸਾਰੇ ਜੱਥੇ ਨੇ। ਅਤੇ ਮਹਾਂਪੁਰਖਾਂ ਨੇ, ਬਾਬਾ ਠਾਕੁਰ ਸਿੰਘ ਜੀ ਨੇ ਸਮੁੱਚੇ ਜੱਥੇ ਨੂੰ ਇਕੱਠਿਆਂ ਕਰਕੇ ਫਿਰ ਦਮਦਮੀ ਟਕਸਾਲ ਦੇ ਮੁਖੀ ਦੀ ਸੇਵਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਸੌਂਪ ਦਿੱਤੀ। ਔਰ ਇਹ ਵੀ ਇੱਕ ਬਹੁਤ ਵੱਡਾ ਕ੍ਰਿਸ਼ਮਾ ਸੀ ਸਾਧ ਸੰਗਤ, ਸਾਰੇ ਜਿਹੜੇ ਹਮ ਉਮਰ ਹੁੰਦੇ ਨੇ, ਜਿਹੜੇ ਕਲਾਸ ਫੈਲੋ ਹੁੰਦੇ ਨੇ, ਕਈ ਉਹਨਾਂ ਤੋਂ ਸੀਨੀਅਰ ਵੀ ਸੀਗੇ ਜਿਹੜੇ ਪਹਿਲਾਂ ਦੇ ਆਏ ਸੀ, ਬਹੁਤ ਵਧੀਆ ਕਥਾਵਾਚਕ ਵਿਦਵਾਨ, ਉਹ ਵੀ ਸਿੰਘ ਜੱਥੇ ਵਿੱਚ ਮੌਜੂਦ ਸਨ।
ਪਰ ਬਾਬਾ ਜੀ ਦੇ ਬਚਨ 'ਤੇ ਜਦੋਂ ਬਾਬਾ ਠਾਕਰ ਸਿੰਘ ਜੀ ਨੇ ਇਹ ਫੈਸਲਾ ਲੈ ਲਿਆ ਅਤੇ ਜਿੰਨਾ ਜੱਥਾ ਸੀ ਸਭ ਨੇ ਬਾਬਾ ਜੀ ਦੇ ਇਸ ਫੈਸਲੇ 'ਤੇ ਸਿਰ ਝੁਕਾਇਆ। ਇੱਕ ਵੀ ਸਿੰਘ ਨੇ ਕਿੰਤੂ ਨਹੀਂ ਕੀਤਾ ਕਿ ਬਾਬਾ ਜੀ ਆਪਾਂ ਨੂੰ ਹੋਰ ਵਿਚਾਰ ਕਰ ਲੈਣੀ ਚਾਹੀਦੀ ਹੈ, ਇੰਨਾ ਵੀ ਲਫਜ਼ ਨਹੀਂ ਕਿਹਾ, ਨਹੀਂ ਕਿਹਾ ਕਿ ਨਹੀਂ ਬਾਬਾ ਜੀ ਆਪ ਜੀ ਦਾ ਫੈਸਲਾ ਬਹੁਤ ਵਧੀਆ ਹੈ, ਇਸ ਨੂੰ ਭਾਈ ਜਰਨੈਲ ਸਿੰਘ ਹੀ ਨਿਭਾ ਸਕਦਾ ਹੈ ਔਰ ਇਹਦੇ 'ਤੇ ਸਭ ਨੇ ਜਕਾਰੇ ਛੱਡੇ, ਖੁਸ਼ੀਆਂ ਮਨਾਈਆਂ। ਅਤੇ ਉਹ ਤੋਂ ਬਾਅਦ ਸਾਧ ਸੰਗਤ ਜਦੋਂ ਦਸਤਾਰਬੰਦੀ ਹੋਈ ਉਹ ਤੋਂ ਬਾਅਦ ਜੋ ਪੰਥ ਦੇ ਵਿੱਚ ਸੇਵਾ ਚੱਲੀ, ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮਹਾਂਪੁਰਖਾਂ ਨੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹਨਾਂ ਨੂੰ ਚੇਤਾਵਨੀ ਦਿੱਤੀ, ਜੋ ਡੈਮੋਕ੍ਰੇਟਿਕ ਢੰਗ ਸੀ ਉਹ ਸਾਰੇ ਢੰਗ ਮਹਾਂਪੁਰਖਾਂ ਨੇ ਆਪ ਅਪਣਾਏ, ਸੁਨੇਹ ਵੀ ਭੇਜੇ, ਚਿੱਠੀ ਪੱਤਰ ਵੀ ਕੀਤਾ, ਜਿਹੜੇ ਗੁਰੂ ਘਰ ਦੇ ਨਿੰਦਕ ਸੀ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਇੱਥੋਂ ਤੱਕ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਤੁਸੀਂ ਆਪਣੇ ਧਰਮ ਦੀ ਪ੍ਰਚਾਰ ਕਰੋ, ਆਪਣੇ ਧਰਮ ਦੀ ਉਸ ਨੂੰ ਵਧਾਉਣ ਫੈਲਾਉਣ ਦੀ ਜੋ ਮਰਜ਼ੀ ਕੋਸ਼ਿਸ਼ ਕਰੋ, ਪਰ ਅਸੀਂ ਆਪਣੇ ਧਰਮ ਦੇ ਉੱਪਰ ਕਿੰਤੂ ਪਰੰਤੂ ਨਹੀਂ ਸਹਿਣ ਕਰ ਸਕਦੇ। ਉਹਦੇ ਵਿੱਚ ਖਾਸ ਕਰਕੇ ਨਿਰੰਕਾਰੀਆਂ ਨੇ ਇਹ ਨਿਰੰਕਾਰ ਦਾ ਆਸਰਾ ਲੈ ਕੇ ਨਕਲੀ ਨਰਕਧਾਰੀਏ ਪੈਦਾ ਹੋ ਗਏ। ਉਹਨਾਂ ਨੇ ਦੋ ਕਿਤਾਬਾਂ ਲਿਖੀਆਂ, ਇੱਕ ਯੁੱਗ ਪੁਰਸ਼, ਇੱਕ ਅਵਤਾਰ ਬਾਣੀ। ਉਹ ਨਕਲ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਤੇ ਨਾਲ ਨਾਲ ਨਿੰਦਾ ਕੀਤੀ, ਬਾਣੀ ਦੀ ਨਿੰਦਾ ਵੀ ਕੀਤੀ। ਮਹਾਂਪੁਰਖਾਂ ਨੇ ਉਹ ਤੋਂ ਚੇਤਾਵਨੀ ਦਿੱਤੀ ਕਿ ਨਾ ਭਾਈ, ਜਦੋਂ ਨਾ ਹਟੇ ਤਾਂ ਫਿਰ ਚੈਲੰਜ ਕੀਤਾ ਵੀ ਠੀਕ, ਅਸੀਂ ਇੰਨੇ ਸਮੇਂ ਦੇ ਵਿੱਚ ਤੁਸੀਂ ਨਾ ਇਸ ਗੱਲ ਨੂੰ ਸੁਧਾਰਿਆ ਅਤੇ ਫਿਰ ਖਾਲਸਾ ਪੰਥ ਨੂੰ ਬਰਦਾਸ਼ਤ ਨਹੀਂ ਕਰੇਗਾ, ਲਹੂ ਡੋਲਵੀਆਂ ਟੱਕਰਾਂ ਹੋਈਆਂ। ਸਭ ਤੋਂ ਪਹਿਲਾਂ ਵੱਡੀ ਟੱਕਰ 1978 'ਚ ਹੋਈ, ਵੈਸੇ ਜੇ ਇਹਦੇ ਪਿਛੋਕੜ ਵਿੱਚ ਜਾਈਏ ਇੰਨਾ ਸਮਾਂ ਨਹੀਂ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਤੋਂ ਲੈ ਕੇ ਇਹ ਟਕਰਾਅ ਚੱਲਦਾ ਸੀ ਇਸੇ ਜੇ ਇਹਨਾਂ ਨਾਲ ਵੀ ਇਸ ਪਾਸੇ ਨਾ ਵਧੋ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੇਲੇ ਤਿੰਨ ਥਾਵਾਂ 'ਤੇ ਝੜਪਾਂ ਹੋਈਆਂ, ਜਿਹਦੇ ਤੋਂ ਜੱਥੇ ਨੇ ਤਿਆਰੀ ਕਰਨੀ ਸ਼ੁਰੂ ਕੀਤੀ ਵੀ ਨਹੀਂ, ਆਪਾਂ ਨੂੰ ਗੁਰੂ ਦੀ ਨਿੰਦਾ ਨਹੀਂ ਸੁਣਨੀ ਚਾਹੀਦੀ, ਆਪਾਂ ਨੂੰ ਇਹ 'ਤੇ ਟੱਕਰ ਲੈਣੀ ਪਏਗੀ, ਇਹਨਾਂ ਨੂੰ ਸਮਝਾਉਣਾ ਹੀ ਪਏਗਾ। 1978 ਦੇ ਵਿੱਚ 13 ਸਿੰਘ ਸ਼ਹੀਦ ਹੋ ਗਏ, ਉਹਨਾਂ 13 ਸਿੰਘਾਂ ਦਾ ਅਦਾਲਤ ਵਿੱਚ ਕੇਸ ਚੱਲਿਆ ਪਰ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ, ਕਿਉਂਕਿ ਇਹ ਜਿਹੜੇ ਗੁਰੂ ਘਰ ਦੇ ਨਿੰਦਕ ਹੈ ਨਾ, ਭਾਵਾਂ ਪਹਿਲਾਂ ਸੀ, ਗੁਰੂ ਕਾਲ ਵੇਲੇ ਸੀਗੇ, ਉਦੋਂ ਵੀ ਸਰਕਾਰ ਦੀਆਂ ਸ਼ਹਿਆਂ ਰਹੀਆਂ ਅਤੇ ਸਮੇਂ ਸਮੇਂ ਜਦੋਂ ਵੀ ਪੈਦਾ ਹੁੰਦੇ ਰਹੇ ਉਦੋਂ ਇਹਨਾਂ ਨੂੰ ਸਰਕਾਰਾਂ ਮੌਕੇ ਦੀਆਂ ਸ਼ਹਿ ਦਿੰਦੀਆਂ ਰਹੀਆਂ ਵੀ ਕਿਵੇਂ ਨਾ ਕਿਵੇਂ ਸਿੱਖਾਂ ਦੀ ਸ਼ਕਤੀ ਨੂੰ ਘਟਾਉਣ ਲਈ ਕੋਈ ਨਾ ਕੋਈ ਯਤਨ ਕੀਤਾ ਜਾਵੇ। ਜਿਹੜਾ ਵੀ ਬੰਦਾ ਯਤਨ ਕਰਦਾ ਹੈ ਉਹਨੂੰ ਪੁਸਤਪਨਾਈ ਕਰਦੀ ਹੈ ਸਰਕਾਰ, ਇਹ ਚੱਲਿਆ ਆਇਆ, ਇਤਿਹਾਸ ਪੜ੍ਹ ਕੇ ਦੇਖ ਲਓ। ਇਹਨਾਂ ਦੀ ਪੁਸਤਪਨਾਈ ਵੀ ਕੀਤੀ, ਇੱਥੋਂ ਤੱਕ ਕੀਤੀ ਕਿ ਹਿੰਦੁਸਤਾਨ ਦੇ ਕਾਨੂੰਨ ਨੂੰ ਬਹੁਤ ਵੱਡੀ ਪੱਧਰ 'ਤੇ ਪ੍ਰਚਾਰਿਆ ਗਿਆ ਕਿ ਇਹ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਜਿਹੜਾ ਗਰੀਬ ਵਾਸਤੇ, ਅਮੀਰ ਵਾਸਤੇ, ਹਰ ਫਿਰਕੇ ਵਾਸਤੇ, ਹਰ ਧਰਮ ਜਾਤ ਵਾਸਤੇ ਇਹ ਬਰਾਬਰ ਦਾ ਇਨਸਾਫ ਕਰਦਾ। ਪਰ ਮਹਾਂਪੁਰਖਾਂ ਨੇ ਪਹਿਲਾਂ ਹੀ ਕਿਹਾ ਕਿ ਭਾਈ ਅਸੀਂ ਵੇਖ ਲੈਂਦੇ ਹਾਂ ਕਿ ਭਾਰਤੀ ਨਿਜ਼ਾਮ ਦੇ ਵਿੱਚ
ਇਸ ਕਾਨੂੰਨ ਵਿੱਚ ਸਾਨੂੰ ਕੀ ਇਨਸਾਫ ਮਿਲਦਾ ਹੈ। ਉੱਥੇ ਅਗਵਾਈਆਂ ਵੀ ਹੋਈਆਂ, ਜਿਹੜੇ ਸਿੰਘ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰ ਵੀ ਭੁਗਤੇ, ਪਰ ਇੱਕ ਵੀ ਬੰਦੇ ਨੂੰ ਕਦੇ ਕੈਦ ਨਹੀਂ ਹੋਈ, ਇੱਕ ਬੰਦੇ ਨੂੰ ਸਜ਼ਾ ਨਹੀਂ ਹੋਈ, ਇੱਕ ਘੰਟੇ ਦੀ ਸਜ਼ਾ ਨਹੀਂ ਹੋਈ ਕਿਸੇ। 80 ਦੇ 80 ਬੰਦੇ ਜਿਨ੍ਹਾਂ ਦੇ ਉੱਪਰ ਕੇਸ ਸੀ, 22 ਨੇਮ ਕੇਸ ਸੀਗਾ, ਚਸ਼ਮਦੀਦ ਗਵਾਹ ਸੀਗੇ, ਪਰ ਸਾਰੇ ਦੇ ਸਾਰੇ ਛੱਡ ਦਿੱਤੇ ਗਏ। ਫਿਰ ਖਾਲਸਾ ਪੰਥ ਨੇ ਇਸ ਗੱਲ ਦੇ ਉੱਤੇ ਵਿਚਾਰ ਕੀਤੇ ਕਿ ਇੱਕ ਪਾਸੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਦੂਸਰੇ ਪਾਸੇ ਖਾਲਸਾ ਪੰਥ ਦੀ ਰਹਿਤ ਮਰਜ਼ਾਦਾ, ਪੰਜ ਪਿਆਰਾਂ ਦੀ ਪਰੰਪਰਾ, ਇਹ ਸਭ ਨੂੰ ਹੀ ਚੈਲੰਜ ਕੀਤਾ ਹੈ, ਤਾਂ ਇਹਦਾ ਸਾਨੂੰ ਠੋਸ ਕੋਈ ਪ੍ਰੋਗਰਾਮ ਲੀਕਣਾ ਚਾਹੀਦਾ। ਸਤਸੰਗ ਤੋਂ ਪ੍ਰੋਗਰਾਮ ਲੀਕਿਆ, ਗੁਰੂ ਕੇ ਸਿੰਘਾਂ ਨੇ ਉਸ ਨਿੰਦਕ ਨੂੰ ਸੋਧਿਆ, ਅਤੇ ਜਿਨ੍ਹਾਂ 'ਤੇ ਕੇਸ ਚੱਲੇ ਉਹਨਾਂ ਨੇ ਲੰਮੀਆਂ ਸਜ਼ਾਵਾਂ ਕੱਟੀਆਂ, ਕਿਉਂਕਿ ਹੁਣ ਕਤਲ ਹੋਣ ਵਾਲਾ ਉਹਨਾਂ ਦਾ ਵਿਅਕਤੀ ਸੀ, ਅਤੇ ਫਿਰ ਇਨਸਾਫ ਵਾਲੇ ਪਾਸੇ ਤੁਰ ਪਏ, ਫਿਰ ਸਜ਼ਾ ਵੀ ਹੋਈ, ਲੰਮੀਆਂ ਸਜ਼ਾਵਾਂ ਵੀ ਭੁਗਤੀਆਂ। ਇੱਥੇ ਗੱਲ ਬਸ ਨਹੀਂ ਹੋਈ, ਫਿਰ ਫੈਸਲਾ ਕੀਤਾ ਗਿਆ ਕਿ ਕਿਸੇ ਢੰਗ ਦੇ ਨਾਲ ਇਹ ਦਮਦਮੀ ਟਕਸਾਲ ਨੂੰ ਖਤਮ ਕੀਤਾ ਜਾਵੇ, ਕਿਉਂਕਿ ਇਹ ਕਿਸੇ ਡਰ ਦੇ ਮੂਹਰੇ ਝੁਕਦੀ ਨਹੀਂ। ਅਤੇ ਸਾਧ ਸੰਗਤ, ਜਦੋਂ ਤੁਸੀਂ ਪਿਛੋਕੜ ਵਿੱਚ ਜਾਓਗੇ ਨਾ, ਥੋੜ੍ਹਾ ਜਿਹਾ ਗਹੁ ਨਾਲ ਕੋਈ ਸਿੱਖ, ਕੋਈ ਗੈਰ ਸਿੱਖ ਵਿਦਵਾਨ ਜਦੋਂ ਡਿੰਗਿਆਈ ਦੇ ਨਾਲ ਇੱਕ ਤਰਫਾ ਹੋ ਕੇ ਨਹੀਂ, ਧੜੇਬੰਦੀ 'ਚ ਪੈ ਕੇ ਨਹੀਂ, ਨਿਰਪੱਖ ਜਦੋਂ ਇਹਦੀ ਜਾਂਚ ਕਰੇਗਾ ਨਾ, ਇਹਦਾ ਅਨੈਲਿਸਿਸ ਕਰੇਗਾ ਕਿ ਇਹ ਕਿਉਂ ਵਾਪਰਿਆ, ਤਾਂ ਸਿੱਝ ਹੀ ਪਤਾ ਲੱਗ ਜਾਏਗਾ ਕਿਉਂ ਵਾਪਰਿਆ। ਜਿਵੇਂ ਚੰਦੋ ਕਲਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਫੜਨ ਵਾਸਤੇ ਪੁਲਿਸ ਗਈ, ਦੇਖੋ ਜਿਹੜਾ ਬੰਦਾ ਫੜਨਾ ਹੁੰਦਾ ਹੈ ਉਹਦੇ ਵਾਰੰਟ ਜਾਰੀ ਹੁੰਦੇ ਆ, ਉਹਨੂੰ ਵਾਰੰਟ ਦਿੱਤੇ ਜਾਂਦੇ ਆ, ਉਹਨੂੰ ਸਮਾਂ ਦਿੱਤਾ ਜਾਂਦਾ ਵੀ ਆਹ ਤੇਰੇ ਵਾਰੰਟ ਨੇ, ਤੂੰ ਪੇਸ਼ ਹੋ। ਅਤੇ ਦੂਸਰਾ ਤਰੀਕਾ ਇਹ ਵੀ ਹੈ ਵੀ 2-4 ਸਿਪਾਹੀ ਜਾ ਕੇ ਜਾਂ ਪੁਲਿਸ ਦੇ ਮੁਲਾਜ਼ਮ ਜਾ ਕੇ ਅਦਾਲਤੀ ਹੁਕਮ ਸੁਣਾ ਦਿੰਦੇ ਆ ਵੀ ਆਹ ਤੁਹਾਡੇ ਵਾਰੰਟ ਆ ਜੀ, ਤੁਸੀਂ ਸਾਡੇ ਨਾਲ ਚੱਲੋ। ਐਸਾ ਕੁਝ ਨਹੀਂ ਕੀਤਾ ਗਿਆ। ਅੱਜ ਇਹ ਅਰਦਰਸ਼ੀ ਦਾ ਪਰਿਵਾਰ ਇੱਥੇ ਆਇਆ, ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਹੈ। ਉਹ ਇੱਕ ਐਸਾ ਇਨਸਾਨ ਜਿਹਨੇ ਨੌਕਰੀ 'ਤੇ ਰਹਿੰਦਿਆਂ ਹੋਇਆਂ ਇੱਕ ਸੱਚੀ ਕਿਤਾਬ ਲਿਖੀ, ਸੱਚੀ ਸਟੋਰੀ ਲਿਖੀ ਕਿ ਕੀ ਵਾਪਰਿਆ, ਜਾਂ ਬਾਜ ਰਾਖਾ ਪੁਸਤਕ ਲਿਖੀ ਉਹਨੇ, ਉਹਦੇ ਵਿੱਚ ਤੱਥ ਲਿਖੇ। ਉਹ ਵੀ ਲਿਖਦੇ ਨੇ, ਉਹ ਕਹਿੰਦੇ ਵੀ ਜਦੋਂ ਚੰਦੋ ਕਲਾਂ ਨੂੰ ਜਾਣ ਲੱਗੇ ਉੱਥੇ ਕੋਈ 2-4 ਸਿਪਾਹੀ ਨਹੀਂ ਭੇਜੇ, ਪਹਿਲਾਂ ਪਤਾ ਕੀਤਾ ਵੀ ਭਿੰਡਰਾਂ ਵਾਲੇ ਸੰਤ ਕਿੱਥੇ ਨੇ, ਪਤਾ ਲੱਗਾ ਚੰਦੋ ਕਲਾਂ ਨੇ। ਆਈ ਜੀ ਰੈਂਕ ਦਾ ਬੰਦਾ, ਆਈ ਜੀ ਮਾਂਗਟ, ਉਹਦੀ ਅਗਵਾਈ ਵਿੱਚ 6 ਜ਼ਿਲ੍ਹਿਆਂ ਦੇ SSP, 12 ਜ਼ਿਲ੍ਹਿਆਂ ਦੇ DSP, 500 ਤੋਂ ਵੱਧ ਬੰਦਾ ਜਿਹੜਾ ਉਹ ਪੁਲਿਸ ਦਾ ਜਵਾਨ ਵਾਰੰਟ ਲੈ ਕੇ ਗਿਆ। ਤੁਸੀਂ ਹਿਸਾਬ ਲਾਓ ਵੀ ਵਾਰੰਟ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਨਫਰੀ, ਫਿਰ ਉੱਥੋਂ ਜਾ ਕੇ ਚੰਦੋ ਕਲਾਂ ਥਾਣੇ ਦੇ ਵਿੱਚੋਂ ਹੋਰ ਫੋਰਸ ਲਈ ਵੀ ਅਸੀਂ ਸੰਤਾਂ ਨੂੰ ਇੱਥੇ ਅਰੈਸਟ ਕਰਨਾ। ਜਿਹੜਾ ਉੱਥੋਂ ਦਾ DSP ਸੀ ਉਹਨੇ ਜ਼ਰੂਰ ਪੁੱਛਿਆ ਵੀ ਤੁਸੀਂ ਉਹਨੂੰ ਵਾਰੰਟ ਦਿੱਤੇ ਨੇ, ਕਹਿੰਦੇ ਨਹੀਂ ਵਾਰੰਟ ਸਾਡੇ ਕੋਲ ਆ, ਅਸੀਂ ਦੇਣੇ ਵਾਲੇ, ਕਹਿੰਦੇ ਫਿਰ ਇੰਨੀ ਫੋਰਸ ਦੀ ਕੀ ਲੋੜ ਹੈ, ਇਹ ਕਾਹਦੇ ਲਈ ਲਿਆਏ ਤੁਸੀਂ।
ਉਹਦੇ ਕੋਲ ਉਹਨਾਂ ਨੇ ਇੰਨੀ ਫੋਰਸ ਲਿਖਾਈ ਹੈ ਕਿ ਇੰਨੀ ਫੋਰਸ ਅਸੀਂ ਲੈ ਕੇ ਆਏ ਹਾਂ। ਉਹਦੇ ਕੋਲ ਬਾਅਦ ਦੀ ਜਿਹੜੀ ਰਿਪੋਰਟ ਲਿਖਾਈ ਹੈ ਉਹ ਵੀ ਲਿਖਾਈ ਉਹਨਾਂ ਨੇ, ਅਸੀਂ ਪਿੰਡ ਦੀ ਤਲਾਸ਼ੀ ਲਈ ਅਤੇ ਸਿਰਫ ਉਹਦੇ 'ਚ ਲਿਖਾਇਆ ਕਿ 63 ਗੋਲੀਆਂ ਸਾਡੇ ਕੋਲ ਚੱਲੀਆਂ। ਉਹ ਕਾਹਦੇ ਲਈ ਭਾਈ? ਪਿੰਡ ਦੇ ਸਪੀਕਰ 'ਚ ਸਵੇਰੇ ਸੰਤ ਉੱਥੋਂ ਰਾਤ ਨੂੰ 12 ਸਤੰਬਰ 1981 ਨੂੰ ਸੰਤ ਉੱਥੋਂ ਮਹਿਤੇ ਆ ਗਏ, ਸਿੰਘਣਾ ਰਾਇ ਕੀਤੀ ਭਾਈ ਖਬਰਾਂ 'ਚੋਂ ਅਖਬਾਰਾਂ 'ਚੋਂ ਪਤਾ ਲੱਗਾ ਵੀ ਮੇਰੇ ਵਾਰੰਟ ਜਾਰੀ ਹੋ ਗਏ ਨੇ। ਮੈਂ ਇੱਕ ਹੋਰ ਬੇਨਤੀ ਕਰਾਂ, 2 ਸਾਲ ਪਹਿਲਾਂ ਸੰਤ ਇਹ ਗੱਲ ਕਹਿੰਦੇ ਆਉਂਦੇ ਸੀ, ਜੇ ਪੁਲਿਸ ਨੂੰ, ਭਾਰਤੀ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਮੇਰੇ 'ਤੇ ਕੋਈ ਸ਼ੱਕ ਹੋਵੇ, ਮੇਰੇ ਪ੍ਰਤੀ ਕੋਈ ਉਹਨਾਂ ਨੂੰ ਗਿਲਾ ਹੋਵੇ, ਅਤੇ ਜਦੋਂ ਵੀ ਮੇਰੇ ਵਾਰੰਟ ਜਾਰੀ ਕਰਨਗੇ, ਮੇਰੀ ਲੋੜ ਹੋਵੇਗੀ, ਮੈਂ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰ ਦਾਂਗਾ। 2 ਸਾਲ ਤੋਂ ਔਰ ਦਰਜਨਾਂ ਸਟੇਜਾਂ ਤੋਂ ਇਹ ਗੱਲ ਕਹਿ ਚੁੱਕੇ ਸਨ, ਇਹਦੇ ਬਾਵਜੂਦ ਆ ਕੁਝ ਹੋਇਆ। ਜਦੋਂ ਸੰਤਾਂ ਨੂੰ ਪਤਾ ਲੱਗਾ ਕਿ ਮੇਰੇ ਵਾਰੰਟ ਜਾਰੀ ਨੇ, ਅਤੇ ਸਿੰਘਾਂ ਨਾਲ, ਬਾਬਾ ਠਾਕਰ ਸਿੰਘ ਜੀ ਨਾਲ, ਸਾਰਿਆਂ ਨਾਲ ਰਾਇ ਕੀਤੀ ਕਿ ਅਸੀਂ ਮਹਿਤੇ ਜਾਂਦੇ ਹਾਂ, ਮਹਿਤੇ ਜਾ ਕੇ ਮਹਿਤੇ ਦਾ ਸਾਰਾ ਪ੍ਰਬੰਧ ਬਾਬਾ ਥਾਰਾ ਸਿੰਘ ਜੀ ਨੂੰ ਸਮਝਾ ਦਈਏ ਅਤੇ ਫਿਰ ਉੱਥੋਂ ਗ੍ਰਿਫਤਾਰ ਹੋ ਜਾਵਾਂਗੇ। ਚਲੇ ਗਏ ਰਾਤ ਨੂੰ 9 ਵਜੇ ਸੰਤ ਚੰਦੋਕਲਾਂ ਤੋਂ ਚੱਲੇ ਨੇ, ਅਤੇ ਤੜਕੇ 3 ਵਜੇ ਪੁਲਿਸ ਨੇ ਆ ਕੇ ਘੇਰਾ ਪਾਲਿਆ ਚੰਦੋਕਲਾਂ ਨੂੰ। ਆਉਂਦਿਆਂ ਸਾਰ ਫਾਇਰਿੰਗ ਕੀਤੀ, ਅੰਧਾ ਧੁੰਦ ਫਾਇਰਿੰਗ ਹੋਈ, ਅੱਗੋਂ ਕੋਈ ਆਵਾਜ਼ ਨਾ ਆਈ, ਅਤੇ ਫਿਰ ਜਿਹੜੀਆਂ ਪੁਲਿਸ ਦੀਆਂ ਗੱਡੀਆਂ 'ਤੇ ਸਪੀਕਰ ਲੱਗੇ ਸਨ ਉਹਦੇ ਵਿੱਚ ਬੋਲਿਆ ਗਿਆ ਵੀ ਅਸੀਂ ਸੰਤ ਜਰਨੈਲ ਸਿੰਘ ਜੀ ਨੂੰ ਫੜਨ ਆਏ ਹਾਂ, ਇਹਨਾਂ ਨੂੰ ਸਾਡੇ ਹਵਾਲੇ ਕਰ ਦਿਉ। ਜਿਹੜੇ ਮੋਹਤਵਾਰ ਕੁਝ ਗੁਰਦੁਆਰੇ ਦੇ ਪ੍ਰਬੰਧਕ ਸਨ ਅਤੇ ਕੁਝ ਜਥੇ ਦੇ ਸਿੰਘ ਸਨ, ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਸਪੀਕਰ ਔਨ ਕੀਤਾ, ਉਹਦੇ ਵਿੱਚ ਦੱਸਿਆ ਕਿ ਸੰਤ ਜੀ ਤਾਂ ਰਾਤ ਦੇ ਚਲੇ ਗਏ ਨੇ ਇੱਥੋਂ, ਮਹਿਤੇ ਚਲੇ ਗਏ, ਉਹ ਇੱਥੇ ਨਹੀਂ ਹੈਗੇ, ਔਰ ਜੇ ਤੁਸੀਂ ਚਾਹੋ ਤਾਂ ਤੁਸੀਂ ਦੇਖ ਸਕਦੇ ਹੋ, ਆ ਕੇ 2-4 ਬੰਦੇ ਆਓ ਚੈੱਕ ਕਰ ਲਓ, ਸੰਤ ਇੱਥੇ ਨਹੀਂ ਹੈਗੇ। ਇਸ ਗੱਲ 'ਤੇ ਬੜਾ ਗੁੱਸਾ ਲੱਗਾ ਡੀ ਆਈ ਜੀ ਮਾਂਗਟ ਨੂੰ ਵੀ, SSP ਭੱਟੀ ਸੀ ਲੁਧਿਆਣੇ ਦਾ, ਕਿਉਂਕਿ ਉਹਦੇ ਜ਼ਿਲ੍ਹੇ ਦੇ ਵਿੱਚ ਲਾਲੇ ਦਾ ਮਰਡਰ ਹੋਇਆ ਸੀ ਜਗਤ ਨਾਰਾਇਣ ਦਾ, ਉਹਨੂੰ ਬੜਾ ਗੁੱਸਾ ਸੀ, ਔਰ ਇਹ ਸਾਰੇ ਨਰਕਧਾਰੀਆਂ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦੇ ਸ਼ਰਧਾਲੂ ਸਨ। ਬਹੁਤ ਗੁੱਸਾ ਲੱਗਾ ਕਿ ਸਾਡਾ ਤਾਂ ਮਿਸ਼ਨ ਸੀ ਕਿ ਇੱਥੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸੰਤ ਜਰਨੈਲ ਸਿੰਘ ਨੂੰ ਖਤਮ ਕਰ ਦੇਣਾ, ਤਹੀਆ ਇਹ ਸੀਗਾ, ਨਹੀਂ ਤਾਂ ਇੰਨੀ ਫੋਰਸ ਦਾ ਕੋਈ ਮਤਲਬ ਹੀ ਨਹੀਂ ਸੀਗਾ। ਫਿਰ ਦੇਖੋ ਇੰਨੇ ਸਾਧਨ ਹੁੰਦੇ ਇਹਨਾਂ ਕੋਲ, ਇਹ ਵਾਇਰਲੈਸ 'ਤੇ ਪੁੱਛ ਸਕਦੇ ਸਨ ਕਿ ਸੰਤ ਜਰਨੈਲ ਸਿੰਘ ਜੀ ਮਹਿਤੇ ਪਹੁੰਚ ਗਏ ਕਿ ਨਹੀਂ ਪਹੁੰਚੇ, 5 ਮਿੰਟਾਂ 'ਚ ਵਾਇਰਲੈਸ 'ਤੇ ਪੁੱਛ ਸਕਦੇ ਸੀ, ਪਰ ਇਹ ਕੁਝ ਨਹੀਂ ਕੀਤਾ। SSP ਅੰਮ੍ਰਿਤਸਰ ਨੂੰ ਕਹਿੰਦੇ ਕਿ ਤੂੰ ਪਤਾ ਕਰਕੇ ਦੱਸ ਸੰਤ ਜਰਨੈਲ ਸਿੰਘ ਮਹਿਤੇ ਪਹੁੰਚੇ ਕਿ ਨਹੀਂ ਪਹੁੰਚੇ, ਪਰ ਇਸ ਰਾਹ ਹੀ ਨਹੀਂ ਤੁਰੇ। ਪਿੰਡ ਦੀ ਤਲਾਸ਼ੀ ਲਈ, ਪਿੰਡ ਨੂੰ ਲੁੱਟਿਆ, ਗਹਿਣਾ ਗੱਟਾ ਪਿੰਡ ਦਾ ਲੁੱਟਿਆ, ਇੱਥੇ ਵੀ ਬਸ ਨਾ ਹੋਈ। ਜਿਹੜੇ ਸਿੰਘ ਸਨ 20-25 ਉੱਥੇ, ਉਹਨਾਂ 'ਤੇ ਤਸ਼ੱਦਦ ਕੀਤਾ ਗਿਆ ਵੀ ਤੁਸੀਂ ਫੜਨ ਆਏ ਆ ਸੰਤ ਜਰਨੈਲ ਸਿੰਘ ਨੂੰ, ਵਾਰੰਟ ਵਾਲੇ ਦਿੱਤੇ ਨਹੀਂ, ਅਤੇ ਆਹ ਭਾਰਤ ਦੀ ਡੈਮੋਕ੍ਰੇਸੀ ਆ। ਅਤੇ ਫਿਰ ਸੰਤਾਂ ਦੀਆਂ ਜਥੇ ਦੀਆਂ ਸੰਗਤ ਵੱਲੋਂ ਦਿੱਤੀਆਂ 2 ਬੱਸਾਂ ਖੜੀਆਂ ਸਨ, ਉਹਨਾਂ ਨੂੰ ਅੱਗ ਲਾ ਦਿੱਤੀ। ਜੇ ਤਾਂ ਨਿਜ਼ਾਮ ਦੇ ਵਿੱਚੋਂ ਇਹ ਕੁਝ ਹੋਵੇ ਤਾਂ ਝੱਟ ਕੇਸ ਬਣ ਜਾਂਦੇ ਨੇ, ਪਰ ਜੇ ਪ੍ਰਸ਼ਾਸਨ ਕਰੇ ਤਾਂ ਇਨਕੁਆਇਰੀ ਨਹੀਂ ਹੁੰਦੀ। ਅੱਜ ਤੱਕ ਨਹੀਂ ਹੋਈ ਵੀ ਚੰਦੋਕਲਾਂ 'ਚ ਕੁਝ ਕਿਉਂ ਹੋਇਆ, ਅੱਜ ਤੱਕ ਇਨਕੁਆਇਰੀ ਹੋਈ ਕੋਈ?
ਕਿਸੇ ਨੂੰ ਪਤਾ ਲੱਗਾ ਵੀ ਇਹ ਪਿੰਡ ਲੁੱਟਿਆ ਗਿਆ, ਬੱਸਾਂ ਸਾੜ ਦਿੱਤੀਆਂ ਗਈਆਂ, ਸਿੰਘਾਂ ਨੂੰ ਕੁੱਟਿਆ ਗਿਆ, ਪਿੰਡ ਲੁੱਟਿਆ ਗਿਆ, ਕੋਈ ਇਨਕੁਆਇਰੀ ਹੋਈ ਨਹੀਂ ਨਾ? ਹੋਈ ਹਲੇ ਵੀ ਇੱਥੇ ਬੱਸ ਨਹੀਂ। ਸੰਤ ਉਹ ਤੋਂ ਬਾਅਦ ਮਹਿਤੇ ਆਏ, ਮਹਿਤੇ ਆ ਕੇ ਸੰਤਾਂ ਨੇ 16 ਸਤੰਬਰ ਨੂੰ ਸੰਤਾਂ ਨੂੰ ਵਰੰਟ ਦਿੱਤੇ ਵੀ ਤੁਹਾਡੇ ਵਰੰਟ ਹੈ। ਉਦੋਂ ਸਿਰਫ ਦੋ ਹੀ ਬੰਦੇ ਗਏ, ਜਦੋਂ ਚੰਦੋਕਲਾਂ ਗਏ ਉਦੋਂ ਹਜ਼ਾਰਾਂ ਦੀ ਗਿਣਤੀ 'ਚ ਸੰਤਾਂ ਨੇ ਉਸੇ ਵੇਲੇ ਉਸੇ ਸ਼ਾਮ ਨੂੰ ਪ੍ਰੈਸ ਨੂੰ ਰਿਲੀਜ਼ ਕਰ ਦਿੱਤਾ ਕਿ ਮੈਨੂੰ ਅੱਜ ਵਰੰਟ ਮਿਲੇ ਨੇ ਅਤੇ ਮੈਂ 20 ਤਰੀਕ ਨੂੰ ਇੱਥੋਂ ਗ੍ਰਿਫਤਾਰੀ ਦੇਵਾਂਗਾ। ਸੰਤਾਂ ਨੇ ਗ੍ਰਿਫਤਾਰੀ ਦੇ ਦਿੱਤੀ। ਗ੍ਰਿਫਤਾਰੀ ਦੇਣ ਤੋਂ ਪਹਿਲਾਂ 45 ਮਿੰਟ ਸੰਤਾਂ ਨੇ ਲੈਕਚਰ ਕੀਤਾ, ਭਾਸ਼ਣ ਦਿੱਤਾ, ਸੰਗਤਾਂ ਨੂੰ ਸੰਬੋਧਨ ਹੋਏ ਕਿ ਸਾਧ ਸੰਗਤ ਕੋਈ ਗੱਲ ਨਹੀਂ, ਡਰਿਓ ਨਾ, ਇਹ ਕੋਈ ਅਣਹੋਣੀ ਨਹੀਂ ਹੋਈ, ਇਹ ਵਰੰਟ ਨਿਕਲਦੇ ਰਹੇ। ਰਾਜੇ ਮਹਾਰਾਜੇ ਆਪਣੀਆਂ ਇਹੋ ਜਿਹੀਆਂ ਕਰਤੂਤਾਂ ਕਰਦੇ ਹੁੰਦੇ ਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਜਾਣਾ ਪਿਆ ਸੀ, ਅਸੀਂ ਤਾਂ ਉਹਦੇ ਸਿੱਖ ਹਾਂ, ਤੁਸੀਂ ਘਬਰਾਇਓ ਨਾ, ਕੋਈ ਹੋ ਹੱਲਾ ਨਾ ਕਰਿਓ, ਨਾਰੇਬਾਜ਼ੀ ਨਾ ਕਰਿਓ, ਕੋਈ ਪੱਥਰ ਨਾ ਮਾਰਿਓ, ਕੋਈ ਗਾਲ ਨਾ ਕੱਢਿਓ, ਗੁੱਸੇ 'ਚ ਨਾ ਆਇਓ, ਸ਼ਾਂਤਮਈ ਰਹਿਓ, ਇਹਨਾਂ ਜੋ ਕਰਨਾ ਕਰ ਲੈਣ। ਪਰ ਇਹਦੇ ਬਾਵਜੂਦ ਜਦੋਂ ਸੰਤਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਨੂੰ ਲਿਜਾ ਸਨ, ਹਲੇ ਰਈਏ ਗਏ ਸਨ, ਅਤੇ ਪਿੱਛੋਂ 18 ਸਿੰਘ ਸ਼ਹੀਦ ਕਰ ਦਿੱਤੇ ਗਏ। 18 ਸਿੰਘ ਜਿਹੜੇ ਸਿੰਘ ਕੁਝ ਗੱਤਕਾ ਖੇਡਦੇ, ਕੁਝ ਪਿੱਛੇ ਨੂੰ ਜਾ ਰਹੇ ਸਨ, ਕੁਝ ਸਿੰਘਾਂ ਦੇ ਮਨ ਵਿੱਚ ਰੋਸ ਸੀ, ਗੁੱਸਾ ਸੀ ਵੀ ਸੰਤਾਂ ਨੂੰ ਕਿਉਂ ਫੜਿਆ, ਕੁਝ ਕਹਿ ਰਹੇ ਸਨ ਕਿ ਸੰਤ ਜੀ ਤੁਹਾਨੂੰ ਰੈਸਟ ਹੋਣ ਦੀ ਲੋੜ ਹੀ ਨਹੀਂ, ਆਪਾਂ ਨੂੰ ਬਿਲਕੁਲ ਨਹੀਂ ਰੈਸਟ ਹੋਣਾ। ਪਰ ਸੰਤ ਕਹਿੰਦੇ ਨਹੀਂ ਭਾਈ, ਅਸੀਂ ਹੁਣ ਬਿਆਨ ਦੇ ਚੁੱਕੇ ਹਾਂ। ਕਈ ਲੀਡਰਾਂ ਨੇ ਵੀ ਕਿਹਾ ਵੀ ਨਹੀਂ, ਤੂੰ ਪੰਥ ਆਪੇ ਜਾਣੇਗਾ, ਪਰ ਤੁਸੀਂ ਰੈਸਟ ਨਾ ਹੋਵੋ। ਸੰਤ ਕਹਿੰਦੇ ਨਹੀਂ ਭਾਈ, ਰੈਸਟ ਹੋਵਾਂਗੇ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ, ਇਹ ਇਨਸਾਫ ਕਰਕੇ ਦੇਖ ਲੈਣ, ਜੇ ਮੈਂ ਦੋਸ਼ੀ ਹੋਇਆ ਮੈਨੂੰ ਸਜ਼ਾ ਦੇਣ, ਫਾਂਸੀ ਦੇ ਦੇਣ, ਕਰਨ ਦਿਓ ਇਹਨਾਂ ਨੂੰ ਆਪਣਾ ਕੰਮ। ਸਾਧ ਸੰਗਤ 18 ਸਿੰਘ ਸ਼ਹੀਦ ਹੋਏ, ਉਹਨਾਂ ਦੀ ਕੋਈ ਇਨਕੁਆਇਰੀ ਹੋਈ ਵੀ ਕਿੰਨੇ ਮਾਰੇ ਹੋ? ਕੋਈ ਇਨਕੁਆਇਰੀ ਨਹੀਂ, ਇੱਥੋਂ ਤੱਕ ਕਿ ਉਹਨਾਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ, ਉਹਨਾਂ ਦਾ ਸੰਸਕਾਰ ਵੀ ਸਰਕਾਰੀ ਤੌਰ 'ਤੇ ਉਹਨੇ ਆਪ ਕੀਤਾ। ਸੰਤ 25 ਦਿਨ ਜੇਲ੍ਹ 'ਚ ਰਹੇ, ਫਿਰੋਜ਼ਪੁਰ ਦੀ ਜੇਲ੍ਹ 'ਚ ਰਹੇ, ਅਤੇ ਬਾਹਰ ਸਿੱਖ ਕੌਮ ਦੇ ਵਿੱਚ ਰੋਹ ਫੈਲ ਰਿਹਾ ਸੀ। ਦਲ ਖਾਲਸਾ ਦੀ ਜਥੇਬੰਦੀ ਨਾਂ ਦੀ ਇੱਕ ਜੋ ਨੌਜਵਾਨਾਂ ਦੀ ਜਥੇਬੰਦੀ ਸੀ, ਸਰਗਰਮ ਸੀ ਉਦੋਂ ਪੂਰੀ, ਉਹਨਾਂ ਨੇ ਇੱਕ ਏਅਰ ਇੰਡੀਆ ਜਹਾਜ਼ ਗਵਾਹ ਕਰ ਲਿਆ ਰੋਸ ਵਜੋਂ। ਇੱਕੋ ਇੱਕ ਸ਼ਰਤ ਵੀ ਸੰਤ ਜਰਨੈਲ ਸਿੰਘ ਨੂੰ ਛੱਡਿਆ ਜਾਵੇ। ਜਦੋਂ ਉਹ ਤੇ ਬਿਨਾਂ ਹੋਇਆ ਅਤੇ ਕਈ ਥਾਵਾਂ 'ਤੇ ਬੰਬ ਧਮਾਕੇ ਹੋਏ ਪਰ ਬੰਦਾ ਨਹੀਂ ਮਰਿਆ ਕੋਈ, ਰੋਸ ਵਜੋਂ। ਜਦੋਂ ਇਹ ਹਾਲਾਤ ਬਣਦੇ ਗਏ ਅਤੇ ਫਿਰ 25ਵੇਂ ਦਿਨ 15 ਅਕਤੂਬਰ ਨੂੰ ਸੰਤਾਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਕਿਵੇਂ ਕੀਤਾ? ਬਾ ਇੱਜ਼ਤ ਬਰੀ, ਬੜੀਆਂ ਮਿੰਨਤਾਂ ਕੀਤੀਆਂ ਕਿ ਤੁਸੀਂ ਜ਼ਮਾਨਤ ਲੈ ਲਓ, ਤੁਹਾਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੰਦੇ। ਸੰਤ ਕਹਿੰਦੇ ਨਹੀਂ, ਜੇ ਮੈਂ ਦੋਸ਼ੀ ਹਾਂ ਤਾਂ ਸਜ਼ਾ ਦਿਓ ਮੈਨੂੰ। ਸੈਂਕੜੇ ਸਵਾਲ ਪੁੱਛੇ ਪਰ ਜਦੋਂ ਕੋਈ ਦੋਸ਼ ਸਿੱਧ ਹੀ ਨਾ ਹੋਇਆ ਤਾਂ ਫਿਰ ਰਿਹਾਅ ਕੀਤਾ। ਰਿਹਾਅ ਕਰਨ ਤੋਂ ਬਾਅਦ ਕੁਝ ਹੀ ਮਹੀਨਿਆਂ ਬਾਅਦ ਸੰਤ ਬੰਬੇ ਗਏ ਅਤੇ ਬੰਬੇ ਫਿਰ ਇੱਥੋਂ ਵਰੰਟ ਜਾਰੀ ਕਰ ਦਿੱਤੇ ਵੀ ਇੱਥੋਂ 6ਵੀਂ 7ਵੀਂ ਸਟੇਟ ਹੈ ਮਹਾਰਾਸ਼ਟਰ, ਮਹਾਰਾਸ਼ਟਰ ਦੇ ਵਿੱਚ ਹੀ ਜਾ ਕੇ ਉਹਨਾਂ ਨੂੰ ਘੇਰਾ ਪਾ ਕੇ ਖਤਮ ਕਰ ਦਿੱਤਾ ਜਾ ਕੇ, ਤਾਂ ਕਿ ਪੰਜਾਬ ਵਿੱਚ ਤਾਂ ਬੜਾ ਰੌਲਾ ਪਏਗਾ। ਜਦੋਂ ਪਤਾ ਲੱਗਾ ਕਿ ਵਰੰਟ ਜਾਰੀ ਹੋਏ ਨੇ
ਅਤੇ ਉੱਥੇ 20 ਦਿਨ ਦਾ ਪ੍ਰੋਗਰਾਮ ਸੀ, 5 ਦਿਨ ਦਾ ਹੋਰ ਰਹਿੰਦਾ ਸੀ ਜਦੋਂ ਵਾਰੰਟਾਂ ਦਾ ਪਤਾ ਲੱਗਾ। ਭਾਈ ਅਮਰੀਕ ਸਿੰਘ ਜੀ ਨੇ ਸੰਤਾਂ ਕੋਲ ਸੁਨੇਹਾ ਭੇਜ ਦਿੱਤਾ, ਬਾਈ ਏਅਰ ਕੋਈ ਸਿੰਘ ਗਿਆ, ਉਹਨੇ ਦੱਸਿਆ ਜੀ ਆਹ ਇਸ ਤਰ੍ਹਾਂ ਕਰਕੇ ਤੁਹਾਡੇ ਫਿਰ ਵਾਰੰਟ ਜਾਰੀ ਹੋ ਗਏ ਨੇ। ਸੰਤ ਕਹਿੰਦੇ ਕੋਈ ਨਹੀਂ ਭਾਈ, ਫਿਰ ਗ੍ਰਿਫਤਾਰੀ ਦੇ ਦਾਂਗੇ। ਸੰਤ ਬੰਬੇ ਤੋਂ ਫਿਰ ਮਹਿਤੇ ਆ ਗਏ। ਕਿਵੇਂ? ਇਹਨਾਂ ਦਾ ਇੱਕ ਜਾਲ ਬੁਣਿਆ ਹੋਇਆ ਸੀ ਕਿ ਸੰਤਾਂ ਨੂੰ ਖਤਮ ਕਰਨਾ। ਜਦੋਂ ਸੰਤ ਇੱਥੇ ਆ ਗਏ ਤਾਂ ਫਿਰ ਭਾਈ ਅਮਰੀਕ ਸਿੰਘ ਫੜਿਆ, ਬਾਬਾ ਥਾਰਾ ਸਿੰਘ ਫੜਿਆ, ਭਾਈ ਨੰਦ ਸਿੰਘ ਫੜਿਆ, ਇਸ ਤਰ੍ਹਾਂ ਸਾਧ ਸੰਗਤ ਭਾਈ ਗੁਰਮੁਖ ਸਿੰਘ ਫੜਿਆ, ਇਹ ਸਿੰਘ ਸਾਰੇ ਫੜੇ। ਵੀ ਸੰਤਾਂ ਦੇ ਪਹਿਲਾਂ ਨਜ਼ਦੀਕੀ ਮੇਨ ਮੇਨ ਸਿੰਘ ਫੜ ਲਓ। ਉਦੋਂ ਫਿਰ ਸੰਤਾਂ ਨੇ ਸਾਧ ਸੰਗਤ ਮੋਰਚਾ ਲਾਇਆ ਸੀ 19 ਜੁਲਾਈ 1982 ਨੂੰ, ਜਦੋਂ ਭਾਈ ਅਮਰੀਕ ਸਿੰਘ ਭਾਈ ਥਾਰਾ ਸਿੰਘ ਫੜੇ ਨਾ, ਫਿਰ ਮੋਰਚਾ ਲਾਇਆ ਕਿ ਜਦੋਂ ਤੱਕ ਬਾਜਤ ਸਾਰੇ ਸਿੰਘ ਰਿਹਾਅ ਨਹੀਂ ਕਰਦੇ, ਸ੍ਰੀ ਅਕਾਲ ਤਖਤ ਸਾਹਿਬ ਤੋਂ 51 ਸਿੰਘਾਂ ਦਾ ਜੱਥਾ ਰੋਜ਼ ਆਏਗਾ। ਸਾਧ ਸੰਗਤ ਦੇ ਜੱਥੇ ਨਿਰੰਤਰ ਜਾਰੀ ਚੱਲਦੇ ਰਹੇ। ਫਿਰ ਇਹੀ ਕੁਝ ਮਹੀਨਿਆਂ ਬਾਅਦ ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ, ਇਹ ਸਾਰੇ ਸਿੰਘ ਛੱਡ ਦਿੱਤੇ ਗਏ। ਪਰ ਉਦੋਂ ਅਕਾਲੀ ਦਲ ਨੇ, ਸ਼੍ਰੋਮਣੀ ਕਮੇਟੀ ਨੇ, ਸਾਰਿਆਂ ਨੇ ਮਿਲ ਕੇ ਸੰਤਾਂ ਨਾਲ ਸਲਾਹ ਕੀਤੀ ਕਿ ਜੋ ਇੱਕ ਸਾਂਝਾ ਮੋਰਚਾ ਲਾਈਏ, ਜੋ ਪੰਜਾਬ ਦੀਆਂ ਮੰਗਾਂ ਹੈ, ਪੰਜਾਬ ਦੇ ਪਾਣੀਆਂ ਦੀਆਂ ਮੰਗਾਂ, ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਹੈ, ਤੁਸੀਂ ਸਾਡਾ ਸਹਿਯੋਗ ਦਿਓ। ਅਤੇ ਫਿਰ ਇਹ ਧਰਮ ਯੁੱਧ ਮੋਰਚਾ ਚੱਲਿਆ ਸੀ, ਜਿਹਦੇ ਵਿੱਚ ਆਪ ਸਭ ਨੂੰ ਹੀ ਪਤਾ ਹੈ ਬਹੁਤ ਲੰਮਾ ਸਮਾਂ ਇਹ ਮੋਰਚਾ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲਿਆ। ਲੱਖਾਂ ਹੀ ਸਿੰਘਾਂ ਨੇ ਇਸ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਬੜਾ ਵੱਡਾ ਯੋਗਦਾਨ ਪਾਇਆ। ਸੈਂਕੜਿਆਂ ਦੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਸ਼ਹਾਦਤਾਂ ਹੋਈਆਂ। ਪਰ ਸਾਧ ਸੰਗਤ ਜਦੋਂ ਇੱਕ ਸੁਚੱਜੀ ਅਗਵਾਈ ਦੇ ਵਿੱਚ ਪੰਥ ਇਕੱਠਾ ਹੋ ਕੇ ਦੁਨੀਆ ਦੇ ਵਿੱਚ ਇੱਕ ਨਾਮ ਰੋਸ਼ਨ ਹੋ ਰਿਹਾ ਸੀ, ਤਾਂ ਉਦੋਂ ਅੰਦਰੋਂ ਬਾਹਰੋਂ ਹਲਚਲ ਪੈਦਾ ਹੋਈ ਵੀ ਇਹ ਸ਼ਕਤੀ ਨੂੰ ਤਾਂ ਤੋੜਨਾ ਸੀ, ਇਹ ਸ਼ਕਤੀ ਪ੍ਰਫੁੱਲਿਤ ਹੋ ਰਹੀ ਹੈ। ਅਤੇ ਫਿਰ ਆਪਰੇਸ਼ਨ ਬਲੂ ਸਟਾਰ, ਘੱਲੂਘਾਰਾ, ਦਰਬਾਰ ਸਾਹਿਬ 'ਤੇ ਹਮਲਾ, ਤੋਪਾਂ 'ਤੇ ਟੈਂਕ, ਕਿਸੇ ਹੋਰ ਧਰਮ 'ਤੇ ਹੋਇਆ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ 'ਚ ਵੀ ਕਿਤੇ ਹੋਇਆ ਦੱਸੋ? ਸਾਧ ਸੰਗਤ, ਜੇ ਸੰਤ ਜਰਨੈਲ ਸਿੰਘ ਦੇ ਉੱਪਰ ਕੋਈ ਉਹਨਾਂ ਨੂੰ ਇਤਰਾਜ਼ ਸੀ, ਤਾਂ ਸਾਡੀ ਚੁਣੀ ਹੋਈ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਕਮੇਟੀ ਨੂੰ ਕੋਈ ਨੋਟਿਸ ਜਾਰੀ ਹੋਇਆ ਵੀ ਸਾਨੂੰ ਸੰਤ ਜਰਨੈਲ ਸਿੰਘ ਚਾਹੀਦੇ ਨੇ? ਸੰਤ ਜਰਨੈਲ ਸਿੰਘ ਨੂੰ ਨਿੱਜੀ ਤੌਰ 'ਤੇ ਕੋਈ ਨੋਟਿਸ ਜਾਰੀ ਹੋਇਆ ਵੀ ਤੁਹਾਨੂੰ ਫਿਰ ਪੁਲਿਸ ਦੀ ਜਾਂ ਪ੍ਰਸ਼ਾਸਨ ਨੂੰ ਲੋੜ ਹੈ ਤੁਹਾਡੀ? ਨਹੀਂ ਨਹੀਂ, ਇੱਕ ਧੌਂਸ ਦੇ ਕੇ ਵੀ ਤੋਪਾਂ 'ਤੇ ਟੈਂਕ, ਜਦੋਂ ਇੰਨੀ ਗੜਗੜਾਹਟ ਹੋਵੇਗੀ, ਸੰਤ ਜਰਨੈਲ ਸਿੰਘ ਅਤੇ ਇਹਨਾਂ ਦੇ ਸਾਥੀ ਸਿੰਘ ਡਰਦੇ ਹੀ ਆਪਣੇ ਆਪ ਸਰੈਂਡਰ ਕਰ ਜਾਣਗੇ। ਇੱਕ ਧੌਂਸ, ਧੌਂਸ ਨੂੰ ਖਾਲਸਾ ਕਿਤੇ ਮੰਨਦਾ? ਸਾਧ ਸੰਗਤ ਆਪਣਾ ਇਤਿਹਾਸ ਹੈ। ਅਤੇ ਫਿਰ ਇਸ ਧੌਂਸ ਦਿਖਾਉਂਦਿਆਂ ਦਿਖਾਉਂਦਿਆਂ ਇੱਥੋਂ ਤੱਕ ਪਹੁੰਚ ਗਏ, ਜਿਹੜੀ ਅੱਗ ਦੇ ਵਿੱਚ ਫਿਰ ਆਪ ਝੁਲਸੇ, ਉਹ ਆਪ ਵੀ ਝੁਲਸੇ। 72 ਘੰਟੇ ਯੁੱਧ ਹੋਇਆ, ਅਤੇ ਜਿਹੜੇ ਜਿਹੜੇ ਸਿੰਘ ਵੀ ਦੱਸਦੇ ਨੇ ਕਿ ਸਿੰਘ ਹੱਸ ਹੱਸ ਕੇ ਸ਼ਹਾਦਤਾਂ ਪਾਉਂਦੇ, ਲੜਦੇ, ਸ਼ਹਾਦਤਾਂ ਦੇ ਕੇ ਜਕਾਰੇ ਛੱਡਦੇ, ਗੁਰਬਾਣੀ ਪੜ੍ਹਦੇ, ਅਤੇ ਪਰ ਜਦੋਂ ਅੰਤ ਹੋਇਆ ਫਿਰ ਪਤਾ ਲੱਗਾ ਵੀ ਗੱਲ ਖੜੀ ਕਿੱਥੇ ਆ। ਸਾਧ ਸੰਗਤ, ਇਹ ਸਾਨੂੰ ਸਬਕ ਸਿਖਾਉਣ ਨੂੰ, ਸਿੱਖ ਕੌਮ ਨੂੰ ਕੁਚਲਣ ਵਾਸਤੇ ਇਹ ਘੱਲੂਘਾਰਾ ਹੋਇਆ। ਅੱਜ ਤੱਕ
ਜਿਹੜੀ ਆਪਣੇ ਆਪ ਨੂੰ ਬਹੁਤ ਡੈਮੋਕ੍ਰੇਟਿਕ ਕੰਟਰੀ ਮੰਨਦੀ ਹੈ ਹਿੰਦੁਸਤਾਨ, ਪਰ ਮਹਾਂਪੁਰਖਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਇਹਨਾਂ ਦਾ ਨਕਾਬ ਲਾਇਆ ਦੁਨੀਆ ਦੇ ਵਿੱਚ ਵੀ ਆਹ ਡੈਮੋਕ੍ਰੇਟਿਕ ਕੰਟਰੀ ਹੈ, ਜਿਹੜੀ ਇੱਕ ਪਾਸੜ ਹੋ ਕੇ ਇੱਕ ਕੌਮ ਨੂੰ ਇੱਕ ਧਰਮ ਨੂੰ ਕੁਚਲ ਦੇਣਾ ਚਾਹੁੰਦੀ ਆ, ਇੱਥੋਂ ਤੱਕ ਚੱਲਦੀ ਆ। ਸਾਧ ਸੰਗਤ ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਿੱਖ ਕੌਮ ਨੂੰ ਇੱਕ ਸੁਨੇਹਾ ਦੇ ਕੇ ਗਏ ਸੰਤ, ਬਈ ਸੁਚੇਤ ਹੋ, ਆਪਣੇ ਧਰਮ ਪ੍ਰਤੀ ਸੁਚੇਤ ਹੋਵੋ, ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਵੋ, ਚੜ੍ਹਦੀ ਕਲਾ ਵਿੱਚ ਆਪਾਂ ਇਸ ਧਰਮ ਦੀ ਕੌਮ ਦੀ ਸੇਵਾ ਕਰਨੀ ਆ। ਅਤੇ ਸਾਧ ਸੰਗਤ ਅੱਜ ਐਵੇਂ ਨਹੀਂ, ਜਿਹੜੇ ਮਰਜ਼ੀ ਕੰਟਰੀ ਵਿੱਚ ਚਲੇ ਜਾਈਏ, ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਈਏ, ਅੱਜ ਦਾ ਨੌਜਵਾਨ ਇੱਕ ਸੋਚ 'ਤੇ ਖੜ੍ਹਾ ਹੈ ਕਿ ਅੱਜ ਸਾਨੂੰ ਸੰਤ ਜਰਨੈਲ ਸਿੰਘ ਵਰਗਾ ਆਗੂ ਚਾਹੀਦਾ। ਮੈਂ ਇੱਥੇ ਇੱਕ ਬੇਨਤੀ ਕਰਕੇ ਸਮਾਪਤੀ ਕਰਦਾ, ਸਾਡੇ ਵਿੱਚ ਬਹੁਤ ਵੱਡੇ ਭਰਮ ਭੁਲੇਖੇ ਨੇ, ਕੁਝ ਲੋਕ, ਕੁਝ ਪ੍ਰਚਾਰਕ, ਕਥਾਵਾਚਕ ਸੰਤ ਜਰਨੈਲ ਸਿੰਘ ਦਾ ਨਾਮ ਤਾਂ ਲੈਂਦੇ ਨੇ, ਕਿਉਂਕਿ ਸੰਗਤ ਦੇ ਮੁਤਾਬਕ, ਸੰਗਤ ਦੀ ਚਾਹਣਾ ਦੇ ਮੁਤਾਬਕ, ਸੰਤ ਸੰਗਤ ਦੀ ਮੰਗ ਦੇ ਮੁਤਾਬਕ ਉਹ ਨਾਮ ਲੈਂਦੇ ਨੇ ਸੰਤਾਂ ਦਾ, ਅਤੇ ਬੜਾ ਜਜ਼ਬਾਤੀ ਕਰਦੇ ਨੇ ਸੰਤਾਂ ਦੇ ਨਾਂ ਤੋਂ। ਪਰ ਜੋ ਸੰਤਾਂ ਦੀ ਸੋਚ ਹੈ ਉਸ ਪਾਸੇ ਤੁਰਨਾ ਨਹੀਂ ਚਾਹੁੰਦੇ। ਦੇਖੋ, ਸੰਤ ਮਹਾਂਪੁਰਖ ਦਸਮ ਗ੍ਰੰਥ ਦੀ ਕਥਾ ਕਰਦੇ, ਦਸਮ ਦੀ ਬਾਣੀ ਪੜ੍ਹਦੇ, ਪੜ੍ਹਾਉਂਦੇ, ਰਹਿਤ ਰੱਖਦੇ, ਨਾਮ ਜਪਦੇ, ਅੰਮ੍ਰਿਤ ਵੇਲੇ ਨੂੰ ਬਹੁਤ ਵੱਡੀ ਮਹੱਤਤਾ ਦਿੰਦੇ, ਅਤੇ ਅੱਜ ਕਈ ਲੋਕ ਇਹਨਾਂ ਚੀਜ਼ਾਂ ਦਾ ਤਾਂ ਖੰਡਨ ਕਰਦੇ ਨੇ ਜੋ ਸੰਤ ਜਰਨੈਲ ਸਿੰਘ ਜੀ ਆਪ ਅਪਣਾਉਂਦੇ ਰਹੇ, ਆਪ ਪ੍ਰਚਾਰਦੇ ਰਹੇ, ਉਹਨਾਂ ਦਾ ਖੰਡਨ ਕਰਦੇ ਨੇ, ਦਸਮ ਦੀ ਬਾਣੀ ਦਾ ਵੀ ਖੰਡਨ ਕਰਦੇ ਨੇ, ਅੰਮ੍ਰਿਤ ਵੇਲੇ ਦਾ ਵੀ ਖੰਡਨ ਕਰਦੇ ਨੇ, ਵਾਹਿਗੁਰੂ ਨਾਮ ਸਿਮਰਨ ਦਾ ਵੀ ਖੰਡਨ ਕਰਦੇ ਨੇ, ਅਤੇ ਸੰਤ ਜਰਨੈਲ ਸਿੰਘ ਦਾ ਨਾਮ ਲੈਂਦੇ ਨੇ, ਕਹਿੰਦੇ ਵੀ ਉਹ ਬੜਾ ਚੰਗਾ ਸੀ। ਇਹ ਉਹਦੀ ਚੰਗਿਆਈ ਕਰਕੇ ਨਾਮ ਨਹੀਂ ਲੈਂਦੇ, ਕਿਹਦੇ ਨੇ ਨਾਮ ਲੈਂਦੇ ਨੇ ਕਿ ਉਹਦੇ ਨਾਮ ਤੋਂ ਚਾਰ ਡਾਲਰ ਵੱਧ ਮਿਲ ਜਾਣਗੇ, ਪੌਂਡ ਵੱਧ ਮਿਲ ਜਾਣਗੇ, ਲੋਕ ਜਕਾਰੇ ਛੱਡਣਗੇ, ਮੇਰੀ ਵਾਹਵਾ ਹੋਏਗੀ, ਇਸ ਵਾਸਤੇ ਨਾਂ ਲੈਂਦੇ ਨੇ। ਅਤੇ ਜੇ ਭਾਈ ਉਹਦੀ ਸ਼ਖਸੀਅਤ ਨਾਲ ਸਾਨੂੰ ਲਗਾਓ ਹੈ ਤਾਂ ਫਿਰ ਕਿਹਨੂੰ ਭੁੱਲਣਾ ਇਹ? ਉਹਨਾਂ ਦੀਆਂ ਕੈਸਟਾਂ ਮੌਜੂਦ ਨੇ ਜੋ ਪ੍ਰਚਾਰ ਕਰਦੇ ਰਹੇ, ਜੋ ਦਸਮ ਦਾ ਪ੍ਰਚਾਰ ਕਰਦੇ ਰਹੇ, ਕਥਾ ਕਰਦੇ ਰਹੇ, ਦਸਮ ਦੀ ਸੰਥਿਆ ਪੜ੍ਹਾਉਂਦੇ ਰਹੇ, ਪੜ੍ਹਦੇ ਰਹੇ, ਅਤੇ ਉਹ ਕਿਸੇ ਨੂੰ ਭੁੱਲਿਆ ਹੋਇਆ ਭਾਈ? ਪੰਜਾਂ ਬਾਣੀਆਂ 'ਤੇ ਜ਼ੋਰ ਦਿੰਦੇ ਰਹੇ, ਉਹਨਾਂ ਦੀਆਂ ਇਹ ਕੈਸਟਾਂ ਪਈਆਂ ਕਿ ਸਾਧ ਸੰਗਤ ਜੋ ਗੁਰਸਿੱਖ ਹੈ, ਜਿਹੜਾ ਅੰਮ੍ਰਿਤਧਾਰੀ ਖਾਲਸਾ ਬਣ ਗਿਆ, ਉਹਨੂੰ ਪੰਜ ਬਾਣੀਆਂ ਸੰਪੂਰਨ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ ਹੈ, ਅਤੇ ਇਹੀ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਸਾਡੀਆਂ। ਸੰਤ ਜਰਨੈਲ ਸਿੰਘ ਦੀ ਸ਼ਖਸੀਅਤ 'ਤੇ ਜਕਾਰੇ ਛੱਡਦੇ ਹਾਂ, ਅਤੇ ਉਹਨਾਂ ਵੱਲੋਂ ਕਹੇ ਗਏ ਬਚਨ ਜੋ ਕਲਗੀ ਧਰਮਾਰੇ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹੈ, ਉਹਨਾਂ 'ਤੇ ਕਿੰਤੂ ਕਰਦੇ ਹਾਂ। ਨਾ ਭਾਈ, ਇੰਜ ਨਾ ਕਰੋ, ਆਪਾਂ ਜੇ ਚਾਹੁੰਦੇ ਹਾਂ ਸਾਡੀ ਸ਼ਕਤੀ ਇਕੱਠੀ ਹੋਵੇ, ਅਤੇ ਇੱਕ ਕੌਮ ਦੇ ਰਹਿਬਰ ਨੇ, ਕੌਮ ਦੇ ਲੀਡਰ ਨੇ, ਕੌਮ ਦੇ ਆਗੂ ਨੇ ਸਾਨੂੰ ਰਾਹ ਦਿਖਾਇਆ, ਘੱਟੋ ਘੱਟ ਉਹ ਰਾਹ 'ਤੇ ਚੱਲੀਏ, ਅਤੇ ਅੱਗੇ ਭਾਈ ਉਹ ਬਰਕਤਾਂ 'ਤੇ ਅਕਾਲ ਪੁਰਖ ਨੇ ਬਖਸ਼ਿਸ਼ ਕਰਨੀਆਂ, ਉਹਨੇ ਰਹਿਮਤਾਂ ਦੇਣੀਆਂ। ਸੋ ਅੱਜ ਉਹਨਾਂ ਦਾ ਜਨਮ ਦਿਹਾੜਾ ਆਪਾਂ ਸਾਰੀਆਂ ਸੰਗਤਾਂ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਇਆ। ਮੈਂ ਬੇਨਤੀ ਕਰੂੰ
ਕਿ ਸਾਧ ਸੰਗਤ ਜੀ ਮਹਾਂਪੁਰਖ ਹਮੇਸ਼ਾ ਹੀ ਕਹਿੰਦੇ ਸਨ ਕਿ ਖਾਲਸਾ ਜੀ ਅੰਮ੍ਰਿਤਧਾਰੀ ਹੋਵੋ, ਨਿਤਨੇਮੀ ਹੋਵੋ, ਸਾਬਤ ਸੂਰਤ ਹੋਵੋ, ਨਸ਼ਿਆਂ ਦਾ ਤਿਆਗ ਕਰੋ, ਧੀਆਂ ਭੈਣਾਂ ਦੀ ਇੰਜ ਦੇ ਸਾਂਝੀਵਾਲ ਬਣੋ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਭਰੋਸਾ ਰੱਖੋ ਅਤੇ ਜਦੋਂ ਆਪਾਂ ਇਹਨਾਂ ਅਸੂਲਾਂ ਨੂੰ ਅਪਣਾਵਾਂਗੇ ਬਖਸ਼ਿਸ਼ ਗੁਰੂ ਘਰ ਦੀ ਹੋਵੇਗੀ, ਬਖਸ਼ਿਸ਼ ਸਤਿਗੁਰੂ ਦੀ ਹੋਵੇਗੀ ਅਤੇ ਆਪਾਂ ਸਾਰੇ ਹੀ ਮਿਲ ਕੇ ਭਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣਨ ਜਾਂ ਸੰਗਤਾਂ ਨੂੰ ਬੇਨਤੀ ਹੈ, ਅਸਲ ਵਿੱਚ ਇਹ ਅਸੂਲ ਕਲਗੀ ਧਰਮਾਂ ਰਹਿੰਦੇ ਨੇ, ਇਹ ਮਰਜ਼ਾਦਾ ਉਹਨਾਂ ਨੇ ਬਖਸ਼ਿਸ਼ ਕੀਤੀ ਹੈ, ਮਹਾਂਪੁਰਖ ਤਾਂ ਉਹਦੇ ਪ੍ਰਚਾਰਕ ਸਨ। ਆਪਾਂ ਜੀ ਮੰਨਦੇ ਹਾਂ ਕਿ ਉਹ ਸਹੀ ਸਨ, ਉਹਨਾਂ ਨੇ ਸੁਚੱਜੀ ਅਗਵਾਈ ਕੀਤੀ ਹੈ ਅਤੇ ਫਿਰ ਆਪਾਂ ਨੂੰ ਵੀ ਭਾਈ ਇਹਨਾਂ ਬਚਨਾਂ ਦੇ ਉੱਪਰ ਪਹਿਰਾ ਦੇਣਾ ਚਾਹੀਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ, ਕਿਰਪਾ ਕਰਨਗੇ, ਸੋ ਆਪਣਾ ਵੀ ਜੀਵਨ ਸਫਲਾ ਹੋਵੇਗਾ। 6 ਜੂਨ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਵੱਡਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ, ਇੱਥੋਂ ਆਪਣੇ ਨਗਰ ਦੇ ਵਿੱਚੋਂ ਵੀ ਬਹੁਤ ਵੱਡੀ ਪੱਧਰ 'ਤੇ ਸੰਗਤਾਂ ਤਿਆਰ ਨੇ ਜਾਣੀਆਂ ਹਨ, ਇੱਥੋਂ ਵੀ 50 ਕੁ ਬੱਸਾਂ ਦਾ ਇੰਤਜ਼ਾਮ ਕੀਤਾ ਹੈ ਲਾਗੇ ਛਾਗੇ ਦੀਆਂ ਸੰਗਤਾਂ ਔਰ ਨਗਰ ਦੀਆਂ ਸੰਗਤਾਂ ਦਾ, ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਬਹੁਤ ਵੱਡਾ ਉਪਰਾਲਾ ਹੋਇਆ। ਸੋ ਸਾਧ ਸੰਗਤ ਜੀ ਹੋਰ ਵੀ ਥਾਵਾਂ ਤੋਂ, ਇੱਧਰੋਂ ਸੰਗਰੂਰ ਤੋਂ, ਬਰਨਾਲੇ ਤੋਂ, ਫਰੀਦਕੋਟ ਤੋਂ, ਮੁਕਤਸਰ ਤੋਂ, ਭਾਵ ਸਾਰੇ ਪੰਜਾਬ ਤੋਂ ਬੜੀ ਵੱਡੀ ਤਿਆਰੀ ਕਰ ਰਹੀਆਂ ਸੰਗਤਾਂ ਮਹਿਤੇ ਪਹੁੰਚਣ ਦੀ। ਇਹ ਵੀ ਇੱਕ ਦੁਨੀਆ ਭਰ ਦੇ ਵਿੱਚ ਇੱਕ ਮੈਸੇਜ ਜਾਂਦਾ ਹੈ ਕਿ ਜੋ ਮਹਾਂਪੁਰਖਾਂ ਨੇ ਯੁੱਧ ਲੜਿਆ, ਜੋ ਅਗਵਾਈ ਦਿੱਤੀ ਹੈ, ਅੱਜ ਸਿੱਖ ਕੌਮ ਉਹਦੇ 'ਤੇ ਇੱਕ ਮੁੱਠ ਹੈ, ਅਸੀਂ ਅੱਜ ਵੀ ਉਸ ਗੱਲ 'ਤੇ ਪਹਿਰਾ ਦੇਣ ਨੂੰ ਤੱਤਪਰ ਖੜ੍ਹੇ ਹਾਂ। ਇਹ ਇੱਕ ਦੁਨੀਆ ਦੇ ਵਿੱਚ ਚੰਗਾ ਮੈਸੇਜ ਜਾਂਦਾ ਹੈ, ਇਸ ਲਈ ਆਪਾਂ ਆਪੋ ਆਪਣੀ ਸਾਧਨਾ ਨਾਲ ਜਿੰਨਾ ਵੀ ਵੱਡੀ ਪੱਧਰ 'ਤੇ ਟਾਈਮ ਸਿਰ ਆਪਾਂ ਉੱਥੇ ਪਹੁੰਚ ਸਕਦੇ ਹਾਂ ਉਹਦੇ ਵਿੱਚ ਵੀ, ਕਿਉਂਕਿ ਪਿਛਲੇ 1 ਮਹੀਨੇ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਕਮਰ ਕਸਾ ਕਰਕੇ 4-4 ਥਾਵਾਂ 'ਤੇ ਵੀ 1 ਦਿਨ ਦੇ ਵਿੱਚ ਪ੍ਰਚਾਰ ਲਈ ਜਾਂਦੇ ਨੇ, ਸੰਗਤਾਂ ਨੂੰ ਪ੍ਰੇਰਦੇ ਨੇ ਔਰ ਬਹੁਤ ਵੱਡੀਆਂ ਤਿਆਰੀਆਂ ਕਰ ਚੁੱਕੇ ਨੇ। ਸੋ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਉਸ ਸਮਾਗਮ ਦੇ ਵਿੱਚ ਵੀ ਸ਼ਮੂਲੀਅਤ ਕਰਨੀ ਹੈ। ਇਸ ਸਮਾਗਮ ਦੇ ਵਿੱਚ ਵੀ ਜੋ ਨਗਰ ਨਿਵਾਸੀ ਸੰਗਤਾਂ ਨੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ, ਦਾਸ ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹੈ, ਖਾਸ ਕਰਕੇ ਬਾਬਾ ਬਲਵਿੰਦਰ ਸਿੰਘ ਜੀ ਜੋ ਇਸ ਸਥਾਨ ਦੇ ਮੁੱਖ ਗ੍ਰੰਥੀ ਹਨ, ਉਹਨਾਂ ਵੱਲੋਂ ਵੀ ਬੇਨਤੀ ਹੈ ਕਿ ਭਾਈ ਮਹਾਂਪੁਰਖਾਂ ਦੇ ਇਸ ਸਥਾਨ ਗੁਰਦੁਆਰਾ ਸੰਤ ਖਾਲਸਾ ਵਿਖੇ ਜੋ ਆਪਾਂ ਸੰਥਿਆ ਪੜ੍ਹਾਉਣ ਦਾ ਪ੍ਰਬੰਧ ਕੀਤਾ ਹੈ, ਵਿੱਦਿਆ ਪੜ੍ਹਾਉਣ ਦਾ ਪ੍ਰਬੰਧ ਕੀਤਾ ਹੈ, ਉਹਦੇ ਵੱਲ ਵੀ ਆਪਾਂ ਸਾਰਾ ਹੀ ਨਗਰ ਧਿਆਨ ਦਿਓ। ਜਿੰਨੇ ਆਪਣੇ ਬੱਚੇ ਬੱਚੀਆਂ ਅਖੰਡ ਪਾਠੀ ਬਣਨਗੇ, ਸ਼ੁੱਧ ਬਾਣੀ ਪੜ੍ਹਨਗੇ, ਉਹਨਾਂ ਆਪਾਂ ਨੂੰ ਵੀ ਲਾਭ ਹੋਵੇਗਾ ਅਤੇ ਦੁਨੀਆ ਦੇ ਵਿੱਚ ਵੀ ਇਹ ਗੱਲ ਜਾਏਗੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਦੇ ਨਗਰ ਦੇ ਇੰਨੇ ਵਿਦਿਆਰਥੀ ਹਨ ਜਿਹੜੇ ਸ਼ੁੱਧ ਅਖੰਡ ਪਾਠੀ ਨੇ, ਇੰਨੀਆਂ ਬੀਬੀਆਂ ਹਨ ਜਿਹੜੀਆਂ ਸ਼ੁੱਧ ਅਖੰਡ ਪਾਠੀ ਨੇ, ਸ਼ੁੱਧ ਨਿਤਨੇਮੀ ਨੇ। ਇਹ ਜਿੱਥੇ ਆਪਣਾ ਫਰਜ਼ ਪੂਰਾ ਹੋਏਗਾ ਉੱਥੇ ਸਾਧ ਸੰਗਤ ਦੁਨੀਆ ਦੇ ਵਿੱਚ ਵੀ ਆਪਣਾ ਇਸ ਸਥਾਨ ਦਾ ਨਾਮ ਉਜਾਗਰ ਹੋਏਗਾ। ਬਾਬਾ ਜੀ ਰੋਜ਼ ਹੀ ਅਪੀਲ ਕਰਦੇ ਨੇ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਇੱਥੇ ਸੰਥਿਆ ਪ੍ਰਾਪਤ ਵੀ ਕਰ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਹੈ ਭਾਈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਤੋਂ ਲੈ ਕੇ ਕਿਸ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੇ ਸ਼ਹਾਦਤ ਦਾ ਜਾਮ ਪੀਤਾ, ਸਾਡੇ ਵਾਸਤੇ, ਸਾਡੀ ਕੌਮ ਦੇ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਥਾਂ ਥਾਂ 'ਤੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਵੀ ਕੀਤਾ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਦਾਸ ਦਮਦਮੀ ਟਕਸਾਲ ਦੇ ਵੱਲੋਂ ਜਿੰਨੀਆਂ ਵੀ ਸੰਗਤਾਂ ਮਹਾਂਪੁਰਖਾਂ ਦੇ ਸਥਾਨ 'ਤੇ ਪਹੁੰਚੀਆਂ ਨੇ, ਜੀਉ ਆਇਆਂ। ਹੁਣ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਜੀ ਉਹਨਾਂ ਗੁਰੂ ਕੇ ਸਿੱਖਾਂ ਦੇ ਨਾਮ ਸਟੇਜ ਤੋਂ ਅਲਾਸ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਭਾਈ ਸਰਪਾਓ ਦੀ ਬਖਸ਼ਿਸ਼ ਲੈ ਕਰਕੇ ਜਾਣ। ਬੇਨਤੀ ਕਰਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਹੁਣਾਂ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ, ਇੱਥੋਂ ਸਮਾਪਤੀ ਤੋਂ ਬਾਅਦ ਲੰਗਰ ਛਕਣ ਤੋਂ ਪਹਿਲਾਂ ਆਪਾਂ ਇੱਕ ਲਾਇਬ੍ਰੇਰੀ ਦਾ ਉਦਘਾਟਨ ਕਰਨਾ ਹੈ, ਜੋ ਕਿ ਦਮਦਮੀ ਟਕਸਾਲ ਨੇ ਫੈਸਲਾ ਕੀਤਾ ਸੀ ਕਿ ਜੋ ਪਿਆਰਦਰਸ਼ੀ ਨੇ ਮਹਾਂਪੁਰਖਾਂ 'ਤੇ ਜੀਵਨ ਦੀ ਕਿਤਾਬ ਲਿਖੀ ਸੀ, ਘਟਨਾਵਾਂ ਦੀ ਸੱਚਾਈ ਦੱਸੀ ਸੀ, ਉਹਨਾਂ ਦੇ ਨਾਮ ਨੂੰ ਸਮਰਪਿਤ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ। ਇਸ ਸਮੇਂ ਉਹਨਾਂ ਦੀ ਬੇਟੀ ਬੀਬੀ ਅਨੀਤਾ ਦਰਸ਼ੀ ਉਹ ਵੀ ਇੱਥੇ ਆਏ ਹੋਏ ਨੇ। ਸੋ ਇਸ ਤੋਂ ਬਾਅਦ ਆਪਾਂ ਸਾਰੇ, ਕਿਉਂਕਿ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਰੱਖੀਆਂ ਗਈਆਂ, ਹੋਰ ਵੀ ਜਿੱਥੇ ਵੀ ਵਧੀਆ ਵਧੀਆ ਲਿਟਰੇਚਰ ਆਪਾਂ ਨੂੰ ਮਿਲੇਗਾ, ਇੱਥੋਂ ਦੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਤਾਂ ਬਹੁਤ ਭਾਰੀ ਲਾਭ ਹੋਵੇਗਾ। ਕੋਈ ਵੀ ਆਪਾਂ ਪੰਥਕ ਸਰੋਤ, ਗੁਰਸਿੱਖੀ ਦੇ ਇਤਿਹਾਸਿਕ ਸਰੋਤ ਵੇਖਣਾ ਚਾਹਾਂਗੇ, ਇਸ ਲਾਇਬ੍ਰੇਰੀ 'ਚੋਂ ਪ੍ਰਾਪਤ ਹੋ ਸਕਣਗੇ। ਸਾਡਾ ਯਤਨ ਹੈ ਕਿ ਬਹੁਤ ਵੱਡੀ ਪੱਧਰ 'ਤੇ ਆਪਾਂ ਇਸ ਲਾਇਬ੍ਰੇਰੀ ਨੂੰ ਸਥਾਪਿਤ ਕਰਨਾ ਹੈ। ਹੁਣ ਤੱਕ ਬਹੁਤ ਸਾਰੀਆਂ ਵਧੀਆ ਵਧੀਆ ਕਿਤਾਬਾਂ ਲਿਆਂਦੀਆਂ ਜਾ ਚੁੱਕੀਆਂ, ਉਹਦਾ ਅੱਜ ਉਦਘਾਟਨ ਕਰਨਾ ਹੈ। ਸੋ ਮੈਂ ਪਹਿਲਾਂ ਬੀਬੀ ਅਨੀਤਾ ਦਰਸ਼ੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਸਿਰੋ ਪਾਓ ਬਾਬਾ ਜੀ ਤੋਂ ਪ੍ਰਾਪਤ ਕਰਨ। ਹਾਂ ਬੋਲੋ ਬੋਲੋ ਬੋਲੇ ਸੋ ਨਿਹਾਲ ਭਾਈ ਦਰਸ਼ਨ ਸਿੰਘ ਜੀ ਮੰਡ, ਉਹਨਾਂ ਨੂੰ ਬੇਨਤੀ ਆ ਕਿ ਉਹ ਸਿਰੋ ਪਾਓ ਪ੍ਰਾਪਤ ਕਰਨ। ਇਸੇ ਤਰ੍ਹਾਂ ਭਾਈ ਈਸ਼ਰ ਸਿੰਘ ਜੀ, ਜੋ ਮਹਾਂਪੁਰਖਾਂ ਦੇ ਵੱਡੇ ਸਪੁੱਤਰ ਹਨ, ਉਹ ਵੀ ਪਹੁੰਚੇ ਹੋਏ ਹਨ, ਉਹਨਾਂ ਨੂੰ ਬੇਨਤੀ ਹੈ ਬੋਲੇ ਸੋ ਨਿਹਾਲ ਬਾਬਾ ਬਲਦੇਵ ਸਿੰਘ ਜੀ ਧਰਮਪੁਰੇ ਵਾਲੇ, ਉਹਨਾਂ ਨੂੰ ਬੇਨਤੀ ਹੈ ਉਹ ਵੀ ਆ ਕੇ ਸਰੂਪ ਪ੍ਰਾਪਤ ਕਰਨ। ਭਾਈ ਈਸ਼ਰ ਸਿੰਘ ਜੀ ਬੋਲੇ ਸੋ ਨਿਹਾਲ ਬਾਬਾ ਸਤਨਾਮ ਸਿੰਘ ਜੀ ਬਲੀਆ ਬੋਲੇ ਸੋ ਨਿਹਾਲ, ਜੋ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਮੁਖੀ ਹਨ, ਉਹਨਾਂ ਨੂੰ ਬੇਨਤੀ ਹੈ ਉਹ ਵੀ ਆ ਕੇ ਸਰੂਪ ਪ੍ਰਾਪਤ ਕਰਨ ਬੋਲੇ ਸੋ ਨਿਹਾਲ। ਬਾਬਾ ਗੁਰਦਿਆਲ ਸਿੰਘ ਜੀ ਲੰਗਿਆਣੇ ਤੋਂ, ਬਾਬਾ ਜੀ ਨੂੰ ਬੇਨਤੀ ਹੈ
ਜੋ ਵੀ ਸਰੂਪਾ ਉਹ ਪ੍ਰਾਪਤ ਕਰਨ। ਭਾਈ ਸਰਬਜੀਤ ਸਿੰਘ ਜੀ ਕੈਨੇਡਾ ਨਿਵਾਸੀ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ 'ਤੇ ਆ ਕੇ ਸਰੂਪਾ ਉਹ ਪ੍ਰਾਪਤ ਕਰਨ। ਬਾਬਾ ਗੁਰਦਿਆਲ ਸਿੰਘ ਜੀ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਪ੍ਰੋਫੈਸਰ ਜਸਪਾਲ ਸਿੰਘ ਜੀ ਕੋਟਕਪੂਰਾ, ਉਹਨਾਂ ਨੂੰ ਬੇਨਤੀ ਹੈ। ਸ੍ਰੀ ਸੀ ਆਰ ਬੈਂਸ, ਉਹਨਾਂ ਨੂੰ ਬੇਨਤੀ ਹੈ। ਪ੍ਰੋਫੈਸਰ ਸਾਹਿਬ ਸਰੂਪਾ ਲੈ ਰਹੇ, ਬੋਲੇ ਸੋ ਨਿਹਾਲ। ਜੋ ਬੀਬੀ ਅਨੀਤਾ ਦੇ ਪਤੀ ਹਨ, ਉਹਨਾਂ ਨੂੰ ਬੇਨਤੀ ਹੈ ਬੈਂਸ ਸਾਹਿਬ ਸਰੂਪਾ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਭਾਈ ਮਨਧੀਰ ਸਿੰਘ ਜੀ ਕੈਨੇਡਾ ਨਿਵਾਸੀ, ਉਹਨਾਂ ਨੂੰ ਬੇਨਤੀ ਹੈ ਸਰੂਪਾ ਪ੍ਰਾਪਤ ਕਰਨ ਜੀ। ਨਾਲ ਹੀ ਬੇਨਤੀ ਹੈ ਗਿਆਨੀ ਲਖਵਿੰਦਰ ਸਿੰਘ ਜੀ, ਗਿਆਨੀ ਲਖਵਿੰਦਰ ਸਿੰਘ ਲੱਖਾ ਕਰਕੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਭਾਈ ਲਖਵਿੰਦਰ ਸਿੰਘ ਜੀ ਉਹ ਵੀ ਸਰੂਪਾ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਭਾਈ ਲਖਵਿੰਦਰ ਸਿੰਘ ਜੀ, ਬੋਲੇ ਸੋ ਨਿਹਾਲ। ਹੁਣ ਸਤਨਾਮ ਵਾਹਿਗੁਰੂ ਦਾ ਸਿਮਰਨ ਹੋਵੇਗਾ, ਦੇਗ ਵਰਤੇਗੀ, ਫਿਰ ਸਾਰੀ ਸੰਗਤ ਨੇ ਗੁਰੂ ਕਾ ਲੰਗਰ ਛਕਣਾ ਹੈ, ਫਿਰ ਭਾਈ ਸਮਾਪਤੀ ਹੋਣੀ ਹੈ, ਸਾਰੀ ਸੰਗਤ ਨੇ ਲੰਗਰ ਛੱਕ ਕੇ ਜਾਣਾ ਹੈ। ਭਾਈ ਰਾਜਪਾਲ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਭਾਈ ਰਾਜਪਾਲ ਸਿੰਘ ਉਹ ਵੀ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਆਵਾਜ਼ ਕੌਣ ਟੀ ਵੀ ਵੱਲੋਂ, ਕਿਉਂਕਿ ਇਹਨਾਂ ਨੇ ਸਾਰਾ ਪ੍ਰੋਗਰਾਮ ਬੜੀ ਮਿਹਨਤ ਦੇ ਨਾਲ ਲਾਈਵ ਕਰਕੇ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਨੂੰ ਇਸ ਪ੍ਰੋਗਰਾਮ ਨਾਲ ਜੋੜਿਆ ਹੈ। ਬੇਨਤੀ ਹੈ ਕਿ ਉਹਦਾ ਭਾਈ ਬਿਰਲਾ ਜੀ ਨੂੰ ਬੇਨਤੀ ਹੈ ਕਿ ਉਹ ਆ ਕੇ ਸਿਰੋਪੋ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਆਵਾਜ਼ ਕੌਣ ਟੀ ਵੀ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਭਾਈ ਬਾਖੂਬੀ ਨਿਭਾਇਆ ਹੈ। ਹੁਣ ਗੁਰੂ ਕੀ ਦੇਗ ਵਰਤੇਗੀ, ਸਾਰੀ ਸੰਗਤ ਨੇ ਜਾਪ ਕਰਦਿਆਂ ਹੋਇਆਂ ਗੁਰੂ ਕੀ ਦੇਗ ਪ੍ਰਾਪਤ ਕਰਨੀ, ਫਿਰ ਲੰਗਰ ਛਕਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ
ਸਤਨਾਮ ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਲੀਪ ਸਿੰਘ ਜੀ ਚੱਕਰ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਉਣ, ਸਿਰਪਾਓ ਦੀ ਦਾਤ ਲੈ ਕਰਕੇ ਜਾਣ। ਭਾਈ ਦਲੀਪ ਸਿੰਘ ਜੀ ਚੱਕਰ, ਬੋਲੇ ਸੋ ਨਿਹਾਲ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ, ਪਹਿਲਾਂ ਭਾਈਆਂ ਨੇ ਛਕਣਾ ਹੈ, ਉਸ ਤੋਂ ਬਾਅਦ ਮਾਈਆਂ ਨੇ ਛਕਣਾ ਹੈ। ਸਿੰਘ ਸਾਹਿਬਾਨ ਜੀ ਹੁਣਾਂ ਨੇ ਬੇਨਤੀ ਕੀਤੀ ਹੈ ਕਿ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ। ਇਸ ਸ਼ਹੀਦੀ ਦਿਹਾੜੇ 'ਤੇ ਆਪਣੇ ਇਲਾਕੇ ਦੇ ਵਿੱਚੋਂ ਬੱਸਾਂ ਜਾਂਦੀਆਂ ਨੇ ਅਤੇ ਆਪਾਂ ਤਾਂ ਨਗਰ ਵਾਲੇ ਹਾਂ, ਸਾਡਾ ਤਾਂ ਫਰਜ਼ ਬਣਦਾ ਹੈ ਕਿ ਇਸੇ ਨਗਰ ਦੇ ਵਿੱਚੋਂ ਹੀ 25-30 ਬੱਸਾਂ ਜਾਣ, ਕਿਉਂਕਿ ਆਪਾਂ ਸਾਰੇ ਬਾਬਾ ਜਰਨੈਲ ਸਿੰਘ ਦੇ ਵਾਰਸ ਹਾਂ। ਸੋ ਸਾਰੀਆਂ ਰੋਡੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਹਾਜ਼ਰੀਆਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਅੰਦਰ ਸ਼ਹੀਦੀ ਦਿਹਾੜੇ 'ਤੇ ਭਰਨੀਆਂ। ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਗਰਾਂ ਦੇ ਵਿੱਚ ਭਾਈ ਬੱਸਾਂ ਆਉਣਗੀਆਂ। ਸਾਰੀਆਂ ਸੰਗਤਾਂ ਨੇ ਭਾਈ ਵੱਧ ਤੋਂ ਵੱਧ ਮਹਾਨ ਸ਼ਹੀਦੀ ਦਿਹਾੜੇ 'ਤੇ ਹਾਜ਼ਰੀਆਂ ਭਰ ਕੇ ਸ਼ਹੀਦਾਂ ਸਿੰਘਾਂ ਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।